ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ। ਅਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੰਗਲੈਂਡ ਦਾ ਇੱਕ ਛੋਟਾ ਜਿਹਾ ਸ਼ਹਿਰ ਲਿਵਰਪੂਲ। ਅਤੇ ਅਸੀਂ ਪਿਛਲੇ 4-5 ਦਿਨ ਤੋਂ ਇੱਥੇ ਹੀ ਹਾਂ, ਇੱਥੇ ਸਾਡੀ ਭੈਣ ਦਾ ਘਰ ਹੈ, ਪਿਛਲੇ ਵਲੌਗ ਤੁਸੀਂ ਦੇਖਿਆ ਹੋਣਾ। ਅਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਸ਼ਹਿਰ ਦੇ ਸਿਟੀ ਸੈਂਟਰ, ਅਤੇ ਸਮੁੰਦਰ ਦੇ ਕਿਨਾਰੇ ਵਸਿਆ ਹੋਇਆ ਸ਼ਹਿਰ ਹੈ, ਅਤੇ ਪਿੱਛੇ ਸਾਰਾ ਸਿਟੀ ਸੈਂਟਰ ਹੈ ਇਹ ਸ਼ਹਿਰ ਦਾ। ਅਤੇ ਕਿਹੋ ਜਿਹਾ ਸ਼ਹਿਰ ਦਾ ਆਲਾ ਦੁਆਲਾ ਉਹ ਸਾਰਾ ਅੱਜ ਤੁਹਾਨੂੰ ਦਿਖਾਉਂਦੇ ਹਾਂ। ਅਤੇ ਮੈਂ ਤਾਂ ਖੁਸ਼ੀ ਤਾਂ ਹਮੇਸ਼ਾ ਹੀ ਹੁੰਦੇ ਹਾਂ ਜੀ, ਤੁਸੀਂ ਸਾਨੂੰ ਦੇਖਦੇ ਹੋ। ਅਤੇ ਅੱਜ ਸਾਡੇ ਨਾਲ ਹੈ ਜੀ ਭੈਣ ਸੰਦੀਪ ਕੌਰ, ਅਤੇ ਇਹ ਸ਼ਹਿਰ ਦੇ ਵਸਨੀਕ ਨੇ ਜੀ। ਇਹਨਾਂ ਨੂੰ ਹੋ ਗਏ ਕੋਈ 15-18 ਸਾਲ ਇਹ ਸ਼ਹਿਰ 'ਚ ਰਹਿੰਦੇ ਨੂੰ। ਇੱਧਰ ਦੇਖੋ ਜੀ, ਮੈਂ ਪਾਰਕਿੰਗ ਦਾ ਪੇ ਕਰ ਰਹੀ ਸੀ। ਅੱਛਾ ਜੀ, ਅਤੇ ਭੈਣ ਇੱਥੇ ਪੜ੍ਹਨ ਆਏ ਸੀਗੇ ਇਹ ਸ਼ਹਿਰ 'ਚ। ਯੂਨੀਵਰਸਿਟੀਜ਼ ਬਹੁਤ ਜ਼ਿਆਦਾ ਨੇ ਇਹ ਸ਼ਹਿਰ 'ਚ, ਲਿਵਰਪੂਲ 'ਚ, ਹੈ ਨਾ ਸੰਦੀਪ? ਕਾਫੀ ਨੇ, ਕਿੰਨੀ ਕੁ? ਜਦੋਂ ਅਸੀਂ ਆਏ ਸੀ ਉਦੋਂ ਇਹਨਾਂ ਨੇ ਸਟੂਡੈਂਟ ਵੀਜ਼ੇ ਦਿੱਤੇ ਸੀ, ਅਤੇ ਉਸ ਤੋਂ ਬਾਅਦ ਫਿਰ ਹੁਣ ਨਹੀਂ, ਜਿਵੇਂ 2 ਸਾਲ ਦਿੱਤੇ ਨੇ ਇਹਨਾਂ ਨੇ, ਪਰ ਹੁਣ ਲਿਵਰਪੂਲ ਵਾਲੇ ਕੋਈ ਸਟੂਡੈਂਟ ਵੀਜ਼ਾ ਨਹੀਂ ਦਿੰਦਾ। ਅੱਛਾ, ਪਹਿਲਾਂ ਪੁਰਾਣੇ ਟਾਈਮ 'ਚ ਹੈਗੇ, ਪੁਰਾਣੇ ਟਾਈਮ 'ਚ ਦਿੱਤੇ ਸੀ ਇਹਨਾਂ ਨੇ। ਜਿਹੜੇ ਸ਼ਹਿਰ 'ਚ ਬੰਦਾ ਰਹਿਣ ਲੱਗ ਜਾਂਦਾ ਨਾ, ਉਸੇ ਥਾਵਾਂ ਨਾਲ ਉਹਨਾਂ ਗਲੀਆਂ ਨਾਲ ਮੋਹ ਮੁਹੱਬਤ ਹੋ ਜਾਂਦੀ ਹੈ। ਅਤੇ ਹੁਣ ਭੈਣ ਹੋਣਿਆਂ ਦਾ ਲੰਡਨ 'ਚ ਜਾਂ ਸਾਊਥ ਹਾਲ 'ਚ ਉੱਧਰ ਨੂੰ ਜਾ ਕੇ ਜੀ ਨਹੀਂ ਲੱਗਦਾ, ਇਹ ਕਹਿੰਦੇ ਸਾਨੂੰ ਇਹੀ ਸ਼ਹਿਰ ਵਧੀਆ ਲੱਗਦਾ, ਪੀਸਫੁੱਲ ਜਾ। ਅਤੇ ਅਸੀਂ ਇਹ ਪੀਸਫੁੱਲ ਸ਼ਹਿਰ ਨੂੰ ਦੇਖਣ ਲਈ 3-4 ਦਿਨ, ਕਿਉਂਕਿ ਅਸੀਂ ਨਵੇਂ, ਸਾਨੂੰ ਜਿਹੜੇ ਟੂਰਿਸਟ ਅਟਰੈਕਸ਼ਨ ਨੇ ਉਹ ਜ਼ਿਆਦਾ ਵਧੀਆ ਲੱਗਦੀਆਂ, ਜਿਵੇਂ ਬਰਮਿੰਗਮ ਘੁੰਮ ਆਏ ਅਸੀਂ, ਲੰਡਨ ਦੇਖ ਲਿਆ, ਸਾਊਥ ਹਾਲ ਦੇਖ ਲਿਆ ਨਾ, ਸਾਨੂੰ ਲਿਵਰਪੂਲ ਐਂ ਜੇ ਲੱਗਦਾ ਸੀਗਾ ਵੀ ਇੱਥੇ ਕੀ ਹੋਊਗਾ। ਇਹ ਹਰ ਰੋਜ਼ ਕਹਿੰਦੇ ਸੀ ਚਲੋ ਸਿਟੀ ਸੈਂਟਰ ਘੁੰਮ ਕੇ ਆਈਏ, ਤੁਹਾਨੂੰ ਆਲਾ ਦੁਆਲਾ ਦਿਖਾ ਕੇ ਲਈਏ, ਅਸੀਂ ਕਹਿੰਦੇ ਸੀਗੇ ਵੀ ਛੱਡ ਪਰੇ ਯਾਰ ਇੱਥੇ ਕੀ ਦੇਖਣਾ ਹੈਗਾ। ਅਤੇ ਇਹ 2008 'ਚ ਆਏ ਸੀ ਇੱਥੇ ਸਟੂਡੈਂਟ ਵੀਜ਼ੇ 'ਤੇ, ਅਤੇ ਇੱਥੇ ਪੜ੍ਹੇ ਯੂਨੀਵਰਸਿਟੀ 'ਚ ਬੀ ਐੱਸ ਸੀ ਐੱਮ ਐੱਸ ਸੀ ਇੱਥੇ ਕੀਤੀ, ਇੱਥੇ ਹੁਣ ਜੋਬ ਵੀ ਇਹਨਾਂ ਦੀ ਇੱਥੇ ਹੈ। ਲਓ ਵੀ ਹੁਣ ਤੁਹਾਨੂੰ ਘੁਮਾਉਂਦੇ ਹਾਂ ਫਿਰ ਇਹ ਗੋਰਿਆਂ ਦਾ ਸ਼ਹਿਰ, ਵਲਾਇਤੀ ਗੋਰਿਆਂ ਦਾ। ਵਲਾਇਤ ਕਿਸੇ ਟਾਈਮ 'ਚ ਇੰਗਲੈਂਡ ਨੂੰ ਹੀ ਕਹਿੰਦੇ ਹੁੰਦੇ ਸੀਗੇ, ਗੋਰਿਆਂ ਨੇ ਰਾਜ ਕੀਤਾ ਤਾਂ ਜੋ ਕਹਿੰਦੇ ਸੀ ਵੀ ਵਲਾਇਤ। ਅੱਜ ਕੱਲ੍ਹ ਤਾਂ ਵੈਸੇ ਕੈਨੇਡਾ, ਤੁਰਕੀ, ਜੋਰਜੀਆ ਜਿਹਦਾ ਰੰਗ ਗੋਰਾ ਹੁੰਦਾ, ਹਰੇਕ ਨੂੰ ਕਹਿੰਦਾ ਗੋਰੇ। ਅਸਲ 'ਚ ਪਿਓਰ ਜਿਹੜੀ ਨਸਲ ਹੈ ਗੋਰੇ ਇਹ ਨੇ, ਹਾਂਜੀ, ਓਰੀਜਨ ਇਹਨਾਂ ਦਾ। ਅਤੇ ਦੂਜਾ ਇਹ ਹੈ ਗੋਰਿਆਂ ਦਾ ਸ਼ਹਿਰ ਮੈਂ ਤਾਂ ਕਹਿ ਰਿਹਾ ਕਿਉਂਕਿ ਇਹ ਸ਼ਹਿਰ 'ਚ ਆ ਕੇ ਨਾ ਥੋੜ੍ਹੀ ਜਿਹੀ ਐਂ ਵਾਈਬ ਆਉਂਦੀ ਹੈ ਕਿ ਅਸੀਂ ਇੰਗਲੈਂਡ ਆਏ ਹੋਏ ਹਾਂ, ਕਿਉਂਕਿ ਜਿਹੜਾ ਇੰਗਲੈਂਡ ਹੈ ਇਹ ਇੱਕ ਰਿਚ ਹਿਸਟਰੀ ਨੂੰ ਬਿਲੋਂਗ ਕਰਦਾ ਹੈਗਾ। ਜਿਵੇਂ ਲੰਡਨ ਹੈ, ਤੁਸੀਂ ਲੰਡਨ 'ਚ ਦੇਖੇ ਹੋਣੇ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ, ਹਿਸਟੋਰੀਕਲ ਚੀਜ਼ਾਂ, ਉਹੀ ਕੁਛ ਲਿਵਰਪੂਲ 'ਚ। ਅਸੀਂ ਤਾਂ ਬਹੁਤ ਹਲਕੇ 'ਚ ਇਹ ਸ਼ਹਿਰ ਨੂੰ ਹੁਣ ਤੱਕ ਲਈ ਬੈਠੇ ਸੀਗੇ, ਸਾਨੂੰ ਪਤਾ ਨਹੀਂ ਸੀਗਾ ਵੀ ਇੰਨਾ ਕੁਛ ਇਹਦੇ 'ਚ ਇਹ ਸ਼ਹਿਰ 'ਚ ਦੇਖਣ ਵਾਲਾ ਹੋਊਗਾ। ਵੈਸੇ ਜਿਹੜੇ ਆਪਣੇ ਪੰਜਾਬ ਦੇ ਮਤਲਬ ਜ਼ਿਆਦਾ ਪਾਪੂਲਰ ਸ਼ਹਿਰ ਹੈ, ਜਿਨ੍ਹਾਂ 'ਚ ਪੰਜਾਬ 'ਚ ਜ਼ਿਆਦਾ ਮਸ਼ਹੂਰ ਹੋਏ ਹੋਏ ਆ, ਉਹ ਸਾਊਥ ਹਾਲ ਹੋ ਗਿਆ, ਬਰਮਿੰਗਮ ਹੋ ਗਿਆ, ਅਤੇ ਉਹ ਤਾਂ ਹੀ ਇਸੇ ਕਰਕੇ ਹੋਏ ਆ ਕਿਉਂਕਿ ਉੱਥੇ ਆਪਣੇ ਪੰਜਾਬੀ ਰਹਿੰਦੇ ਆ। ਅਤੇ ਵੈਸੇ ਥੋੜ੍ਹਾ ਬਹੁਤ ਉੱਥੇ ਵੀ ਹੈਗਾ ਦੇਖਣ ਨੂੰ, ਇਹ ਨਹੀਂ ਕਹਿੰਦੇ ਵੀ ਬਿਲਕੁਲ ਉੱਥੇ ਹਿਸਟੋਰੀਕਲ ਨਹੀਂ ਹੈਗਾ, ਪਰ ਜਿੰਨਾ ਇੱਥੇ ਆਲੇ ਦੁਆਲੇ ਸੋਹਣਾ ਅਤੇ ਪੁਰਾਣੀਆਂ ਇਮਾਰਤਾਂ ਆਲਾ ਦੁਆਲਾ ਦੇਖਣ ਨੂੰ ਵਧੀਆ ਨਾ, ਉਹ ਸ਼ਹਿਰਾਂ 'ਚ ਅਸੀਂ ਘੁੰਮ ਲਿਆ ਔਲਰੇਡੀ ਦੋਨੇ ਸ਼ਹਿਰ, ਉਹਨਾਂ 'ਚ ਇੰਨਾ ਨਹੀਂ ਹੈਗਾ। ਜਿਹੜਾ ਆਪਣੇ ਪਿੱਛੇ ਹੈ ਇਹ ਲਿਵਰਪੂਲ ਲਾਈਮ ਸਟਰੀਟ ਹੈ, ਇਹ ਲਿਵਰਪੂਲ ਦਾ ਮੇਨ ਟ੍ਰੇਨ ਸਟੇਸ਼ਨ ਹੈ, ਅਤੇ ਇੱਥੋਂ ਹੀ ਜ਼ਿਆਦਾਤਰ ਲਾਈਕ ਵੱਡੀ ਸਿਟੀਜ਼ ਨੂੰ ਟ੍ਰੇਨਸ ਜਾਂਦੀਆਂ ਨੇ, ਜਿਵੇਂ ਲੰਡਨ ਹੋ ਗਿਆ, ਬਰਮਿੰਗਮ ਹੋ ਗਿਆ, ਜਾਂ ਲੈਸਟਰ ਕੋਵੈਂਟਰੀ ਹੋ ਗਿਆ, ਉਹਨਾਂ ਨੂੰ ਟ੍ਰੇਨ ਜਾਂਦੀਆਂ ਨੇ।
ਤੇ ਇਹ ਇੱਥੋਂ ਜਿਹੜੀਆਂ ਟ੍ਰੇਨਸ ਨੇਗੀਆਂ ਲਾਈਕ ਹਰ ਇੱਕ ਟਾਈਪ ਦੀ ਜਾਂਦੀਆਂ ਨੇ ਜਿਹੜੇ ਫਾਸਟ ਹੁੰਦੇ ਨੇ ਉਹ ਵੀ। ਲੰਡਨ ਦਾ ਕਿੰਨਾ ਟਾਈਮ ਲੱਗਦਾ ਇੱਥੋਂ? ਲੰਡਨ ਦੇ ਮੋਸਟਲੀ ਲਾਈਕ 2.5 hours ਲੱਗਦੇ ਨੇ। 2.5 ਘੰਟੇ ਬਸ? 2.5 ਘੰਟੇ ਹਾਂ। ਅੱਛਾ, ਬਹੁਤ ਸਹੀ। ਤੇ ਉਹ ਸਿਰਫ 2-3 ਸਟਾਪ ਤੇ ਰੁਕਦੀ ਹੈ। ਆਈ ਥਿੰਕ ਬਰਮਿੰਗਮ ਨੂੰ ਸਿਰਫ ਮੇਬੀ 1.5 hours ਮੇਬੀ ਲੈਸ ਦੈਨ ਦੈਟ ਲੱਗਦਾ ਹੋਵੇ, ਕਿਉਂਕਿ ਮੈਂ ਟ੍ਰੇਨ 'ਤੇ ਟੂਬੀਨਸ ਕਦੇ ਗਈ ਨਹੀਂ। ਹਾਂ, ਮੈਂ ਲੰਡਨ ਗਈ ਹਾਂ 2-3 ਵਾਰ ਟ੍ਰੇਨ 'ਤੇ, ਪਰ ਮੈਂ ਬਰਮਿੰਗਮ ਕਦੇ ਵੀ ਨਹੀਂ ਗਈ। ਉਹ ਡਿਪੈਂਡ ਕਰਦਾ ਤੁਸੀਂ ਨਾ ਬਾਈ ਲਾਈਕ ਬਾਈ ਕਾਰ ਜਾਂਦੇ ਹੋ ਜਾਂ ਤੁਸੀਂ ਉੱਥੋਂ ਟ੍ਰੇਨ ਸਟੇਸ਼ਨ 'ਤੇ ਜਾਂਦੇ ਹੋਗੇ। ਪਰ ਇੱਥੋਂ ਜਿਹੜੀ ਲੰਡਨ ਨੂੰ ਟ੍ਰੇਨ ਜਾਂਦੀ ਆ ਉਹ ਬਹੁਤ ਫਾਸਟ ਜਾਂਦੀ ਹੈਗੀ, ਅਤੇ ਇਹ ਮੇਨ ਇੱਥੋਂ ਦਾ ਟ੍ਰੇਨ ਸਟੇਸ਼ਨ ਹੈ, ਤਾਂ ਹੀ ਲੋਕ ਜਿਹੜੇ ਲੰਡਨ ਵਗੈਰਾ ਤੋਂ ਆਉਂਦੇ ਨੇ ਜਾਂ ਕਿਵੇਂ ਇੱਥੇ ਘੁੰਮਣ ਆਉਂਦੇ ਨੇ ਉਹ ਆ ਕੇ ਇੱਥੇ ਮੇਨ ਇੱਥੇ ਉਤਰਦੇ ਨੇਗੇ। ਇਹ ਇਹੀ ਸਿਟੀ ਸੈਂਟਰ ਹੈ ਮਤਲਬ ਸਾਰਾ ਇੱਥੇ? ਸਿਟੀ ਸੈਂਟਰ ਦੂਸਰੇ ਸਾਈਡ 'ਤੇ ਆ ਜਾਂਦਾ ਹੈ। ਅੱਛਾ, ਕਿਉਂਕਿ ਜਿਹੜੇ ਆਪਾਂ ਅੱਗੇ ਜਾ ਕੇ ਦੇਖਾਂਗੇ ਸਿਟੀ ਸੈਂਟਰ ਆਊਗਾ, ਉੱਥੇ ਜਾ ਕੇ ਜਿਹੜਾ ਹੈਗਾ ਸੀ ਸਾਈਡ ਹੈ, ਜਿਹੜਾ ਸਮੁੰਦਰ ਹੈ ਉਹ ਵੀ ਉੱਧਰ ਹੀ ਸਾਈਡ ਹੈ, ਜਿਹੜਾ ਮਿਊਜ਼ੀਅਮ ਵਗੈਰਾ ਬਣਿਆ ਹੋਇਆ ਟਾਈਟੈਨਿਕ ਨਾਲ ਰਿਲੇਟਡ ਉਹ ਵੀ ਉੱਧਰ ਹੀ ਹੈ। ਅਤੇ ਇੱਥੋਂ ਦੀ ਇੱਕ ਹੋਰ ਵੀ ਹੈਗੀ ਚੀਜ਼, ਉਹ ਬੀਟਲਸ ਹੈਗੇ। ਬੀਟਲਸ ਆਈ ਥਿੰਕ ਬੈਂਡ ਬਾਰੇ ਕਿਸੇ ਨੇ ਸੁਣਿਆ, ਕਿਉਂਕਿ ਓਬਵੀਅਸਲੀ ਤਾਂ ਬ੍ਰਿਟਿਸ਼ ਸੀਗੇ, ਹੈ ਨਾ, ਆਪਾਂ ਪੰਜਾਬੀ ਮਿਊਜ਼ਿਕ ਸੁਣਦੇ ਹਾਂ। ਜਿਹੜੇ ਇੱਥੋਂ ਦੇ ਬੀਟਲਸ ਸੀਗੇ, ਬੀਟਲਸ ਮਿਊਜ਼ਿਕ ਬੈਂਡ ਸੀਗਾ, ਉਹ ਵੀ ਲਿਵਰਪੂਲ ਦਾ ਸੀ, ਬਹੁਤ ਜ਼ਿਆਦਾ ਪਾਪੂਲਰ ਹੈ ਉਹ, ਮੇਬੀ ਤੁਸੀਂ ਸਰਚ ਕਰਕੇ ਦੇਖਿਓ। ਅਤੇ ਉਹ ਵੀ ਇੱਥੇ ਹੀ ਨੇਗੇ, ਉਹਨਾਂ ਦੇ ਸਟੈਚੂਜ਼ ਵੀ ਬਣੇ ਹੋਏ, ਆਪਾਂ ਉੱਧਰ ਅੱਗੇ ਜਾ ਕੇ ਦੇਖਾਂਗੇ ਉਹ। ਜਿਹੜਾ ਨਾ ਇਹ ਸਾਡਾ ਗਾਈਡ ਹੈ, ਇਹ 1500 rupees ਦਿਹਾੜੀ ਤੇ, 1500 ਇੰਡੀਆ ਦੇ ਚ ਮੰਨਿਆ ਹੋਇਆ ਹੈਗਾ। ਇੱਕ ਸੂਟ ਦੀ ਡੀਲ ਹੈ, ਤੇ ਬੜੀ ਨੌਲੇਜ ਵਧੀਆ ਹੈ ਗਾਈਡ ਨੂੰ ਸਾਡੇ ਨੂੰ। ਵੈਸੇ ਇੰਨਾ ਕੁਛ ਮੈਨੂੰ ਵੀ ਨਹੀਂ ਪਤਾ ਸੀ ਪਹਿਲਾਂ। ਅੱਛਾ, ਪਰ ਅੱਛਾ ਅਸਲ 'ਚ ਨਾ ਜਿਹੜਾ 15 ਇੱਥੇ ਇਹ ਸ਼ਹਿਰ ਦਾ 15-18 ਸਾਲ ਦਾ ਐਕਸਪੀਰੀਅੰਸ ਹੈ, ਉਹ ਕੁੱਟ ਕੁੱਟ ਕੇ ਭਰਿਆ ਹੋਇਆ ਸੀਗਾ। ਅੱਜ ਮਸਾਂ ਪੜਾਸ ਨਿਕਲ ਰਹੀ ਹੈ ਵੀ ਸਾਰਿਆਂ ਨੂੰ ਦੱਸ ਦਈਏ ਵੀ ਕਿੱਥੇ ਕੀ ਹੈ ਕਿੱਥੇ ਕੀ ਹੈ। ਇਹ ਸਟੇਸ਼ਨ ਥੋੜ੍ਹਾ ਜਿਹਾ ਤੁਹਾਨੂੰ ਅੰਦਰਲੇ ਪਾਸਿਓਂ ਦਿਖਾਉਂਦੇ ਹਾਂ ਕਿ ਇੰਗਲੈਂਡ ਦੇ ਜਿਹੜੇ ਰੇਲਵੇ ਸਟੇਸ਼ਨ ਆ ਦੇਖ ਲਓ ਕਿਹੋ ਜਿਹੇ ਹੁੰਦੇ ਆ। ਇਹੋ ਜਿਹਾ ਪੁਰਾਣਾ ਆਰਕੀਟੈਕਚਰ ਹੈ, ਅਤੇ ਜਿਹੋ ਜਿਹਾ ਆਪਣਾ ਬੰਬੇ ਹੈ ਨਾ, ਬਾਂਦਰਾ ਬੰਬੇ ਭੁੱਲ ਗਏ ਹੁਣ, ਵਿਕਟੋਰੀਆ ਟਰਮੀਨਲ ਹੈ ਸ਼ਾਇਦ, ਵਿਕਟੋਰੀਆ ਟਰਮੀਨਲ ਬੋਲਦੇ ਹਨ, ਅਤੇ ਉਹ ਦੇਖ ਲਓ ਕਿੰਨਾ ਵਧੀਆ ਅੰਗਰੇਜ਼ਾਂ ਦੀ ਉਹ ਬਣਾਇਆ ਹੈ, ਅਤੇ ਇਹ ਸਾਰੇ ਵੀ ਅੰਗਰੇਜ਼ਾਂ ਦੀਆਂ ਗੱਡ ਹੈ। ਇਹੋ ਜਿਹੇ ਰੇਲਵੇ ਸਟੇਸ਼ਨ ਹੈ ਇਹਨਾਂ ਦੇ, ਸਾਫ਼ ਸਫਾਈ ਦੇਖ ਲਓ ਨਾਲੇ। ਥੋੜ੍ਹਾ ਜਿਹਾ ਮੈਂ ਅੰਦਰਲੇ ਪਾਸੇ ਦਿਖਾਉਣਾ ਸੀ ਤੁਹਾਨੂੰ ਕਿ ਅੰਦਰੋਂ ਸਟੇਸ਼ਨ ਇਹੋ ਜਿਹੇ ਹੈ, ਤਾਂ ਹੀ ਅਸੀਂ ਅੰਦਰ ਆਏ ਸੀਗੇ। ਦੁਬਾਰਾ ਬਾਹਰਲੇ ਪਾਸੇ ਚੱਲਦੇ ਹਾਂ ਅਤੇ ਸਿਟੀ ਦਾ ਆਲਾ ਦੁਆਲਾ ਜਿਹੜਾ ਉਹ ਦੇਖਦੇ ਹਾਂ। ਇੱਥੇ ਆਹ ਚੀਜ਼ਾਂ ਨਾ ਰੈਂਟ 'ਤੇ ਮਿਲਦੀਆਂ, ਅਤੇ ਜਿਹੜੇ ਆ ਸਕੂਟਰ ਹੈ ਇਹ ਸਾਨੂੰ ਤਾਂ ਚਲਾਉਣੇ ਨਹੀਂ ਆਉਂਦੇ, ਅਤੇ ਵੈਸੇ ਜਿਹਨੂੰ ਚਲਾਉਣੇ ਆਉਂਦੇ ਉਹ ਲੈ ਸਕਦਾ। ਸੰਦੀਪ ਇਹਨੂੰ ਕੀ ਕਹਿੰਦੇ ਹੁੰਦੇ ਸੀ? ਆਪਾਂ ਛੋਟੇ ਹੁੰਦੇ ਚਲਾਉਂਦੇ ਰਹੇ ਹਾਂ, ਇਹਨੂੰ ਨਹੀਂ, ਇੱਥੇ ਤਾਂ ਸਕੂਟਰ ਬੋਲਦੇ ਆ ਯਾਰ, ਮੈਨੂੰ ਯਾਦ ਨਹੀਂ ਆ ਰਿਹਾ। ਉਹ ਜਵਾਕਾਂ ਨੂੰ ਨਹੀਂ ਦਿੰਦੇ ਹੁੰਦੇ ਤੁਰਨ ਨੂੰ, ਲੱਕੜ ਦਾ ਬਣਾ ਕੇ ਪਿੰਡ ਤਰਖਾਣਾ ਤੋਂ ਬਣਵਾ ਕੇ ਦਿੰਦੇ ਹੁੰਦੇ। ਖੁਸ਼ੀ ਕੀ ਕਹਿੰਦੇ ਹੁੰਦੇ ਸੀ ਇਹਨਾਂ ਨੂੰ? ਸਾਨੂੰ ਨਾ ਪਤਾ ਨੀ ਹੈਗਾ, ਇਹਨੂੰ ਜਿਹਨੂੰ ਜਿਹਨੂੰ ਪਤਾ ਹੋਊ ਕਮੈਂਟ ਕਰਕੇ ਦੱਸ ਦਿਓ,
ਪੰਜਾਬੀ ਚ ਨਾ ਇਹਨੂੰ ਕੁਛ ਕਹਿੰਦੇ ਹੁੰਦੇ ਸੀਗੇ, ਕਈ ਵਾਰੀ ਕੋਈ ਚੀਜ਼ ਆਪਾਂ ਭੁੱਲ ਜਾਂਦੇ ਹਾਂ ਨਾ, ਹਾਂਜੀ ਨਾਮ ਭੁੱਲ ਜਾਂਦੇ ਆ, ਬੜਾ ਹੀ ਕੋਸ਼ਿਸ਼ ਕੀਤੀ ਅਸੀਂ ਤਿੰਨਾਂ ਨੇ ਯਾਦ ਕਰਨ ਦੀ, ਨਾਮ ਨਹੀਂ ਯਾਦ ਆ ਰਿਹਾ। ਉਹ ਮਸਾਂ ਫੁੱਟ ਕੁ ਡੇਢ ਕੁ ਫੁੱਟ ਦਾ ਨਹੀਂ 2 ਕੁ ਫੁੱਟ ਉੱਚਾ ਹੁੰਦਾ ਸੀਗਾ, ਲੱਕੜ ਦਾ ਹੀ ਹੁੰਦਾ ਸੀ ਬਿਲਕੁਲ, ਐਵੇਂ ਸ਼ੇਪ ਦਾ। ਹਾਂਜੀ ਯੂਜ਼ ਕਰਦੇ ਸੀ, ਹਾਂਜੀ ਹਾਂਜੀ ਆਪਣੀ ਤਾਂ ਅਲੋਪ ਹੀ ਹੋ ਗਿਆ ਹੁਣ। ਤੇ ਉਹ ਤੇ ਨਾ ਜਵਾਕ ਜਦੋਂ ਪਹਿਲਾਂ ਰੁੜਨਾ ਤਾਂ ਸਿੱਖ ਜਾਂਦਾ ਸੀਗਾ, ਰੁੜਨ ਤੋਂ ਬਾਅਦ ਤੁਰਨਾ ਉਹ ਤੇ ਸਿਖਾਉਂਦਾ ਹੁੰਦੇ ਸੀਗੇ, ਤੇ ਉਹ ਤੁਸੀਂ ਕਮੈਂਟ ਕਰਕੇ ਦੱਸ ਹੀ ਦੇਣਾ, ਕਿਸੇ ਨੂੰ ਕਿਸੇ ਨੂੰ ਤਾਂ ਪਤਾ ਹੀ ਹੋਣਾ। ਜਿਹੜੀ ਨਾ ਇਹ ਸੈਂਟ ਜੌਨਸ ਮਾਰਕੀਟ ਹੈ, ਇਹ ਭੈਣ ਹੋ ਰਹੇ ਨੇ ਦੱਸਿਆ, ਕਹਿੰਦੇ ਵੀ ਇਹ ਪਾਕਿਸਤਾਨੀ ਭਰਾ ਨੇ ਆਪਣੇ ਸਾਰੇ, ਅਤੇ ਮੈਨਚੈਸਟਰ ਰਹਿੰਦੇ ਆ ਵੈਸੇ ਇਹ, ਅਤੇ ਸਾਰੇ ਇੱਥੇ ਇਹ ਉਹ ਕਰਨ ਆਉਂਦੇ ਆ ਦੁਕਾਨਾਂ ਆਪਣੀਆਂ ਚਲਾਉਣ ਦੇ ਲਈ। ਇੱਥੇ ਇਹਨਾਂ ਦੀਆਂ ਵੀ ਪੰਜਾਬੀ ਕਮਿਊਨਿਟੀ ਆਪਣੀ ਪੰਜਾਬ ਤੋਂ ਹੈ ਨਹੀਂ ਗੇ, ਪਾਕਿਸਤਾਨ ਤੋਂ ਕਾਫੀ ਜਾਣੇ ਇੱਥੇ ਸ਼ਹਿਰ 'ਚ ਲਿਵਰਪੂਲ 'ਚ ਰਹਿੰਦੇ ਆ। ਕ੍ਰਿਸਮਸ ਇਹ ਜਿਹੜਾ ਏਰੀਆ ਨਾ, ਇਹ ਸਾਰਾ ਸ਼ੋਪਿੰਗ ਵਾਲਾ ਆ ਗਿਆ ਇੱਥੋਂ ਦਾ, ਅਤੇ ਜਿਵੇਂ ਖਾਣ ਪੀਣ ਦਾ ਲਾ ਲਓ ਜਾਂ ਸ਼ੋਪਿੰਗ ਦੇ ਲਈ, ਜਿਵੇਂ ਸ਼ੋਪਿੰਗ ਮਾਲਸ ਹੁੰਦੇ ਆਪਣੇ, ਜਾਂ ਹੁਣ ਜਿਵੇਂ ਆਪਣੇ ਆਊਟਲੈਟ ਖੋਲ੍ਹਣ ਲੱਗ ਗਏ, ਅਤੇ ਉਹੋ ਜਿਹਾ ਸਿਟੀ ਸੈਂਟਰ ਦਾ ਏਰੀਆ। ਇੱਥੇ ਤੁਹਾਨੂੰ ਰੌਣਕ ਮੇਲਾ ਪੂਰਾ ਮਿਲੂਗਾ। ਅੱਛਾ ਕ੍ਰਿਸਮਸ ਟਾਈਮ ਇਹੀ ਸਜਾਇਆ ਹੁੰਦਾ ਜਿਹੜੇ ਆ ਸਾਰੇ ਟੀਜ਼ ਨੇ ਨਾ, ਇਹ ਸਾਰੇ ਕ੍ਰਿਸਮਸ ਟਾਈਮ ਸਜਾਏ ਹੁੰਦੇ ਆ। ਦੇਖਾ ਜੀ ਵੀ ਦੇਖ, ਉੱਪਰ ਲੱਗੀਆਂ ਹੋਈਆਂ, ਹਾਂ ਲੜੀਆਂ ਲੱਗੀਆਂ। ਸ਼ਹਿਰ ਵੈਸੇ ਸੋਹਣਾ ਬਹੁਤ ਆ ਸੰਦੀਪ ਇਹ, ਹੈ ਨਾ। ਇਹ ਟਾਊਨ ਦਾ ਨਾ ਉਮੀਦ ਤੋਂ ਵੱਧ ਸੋਹਣਾ ਨਿਕਲਿਆ ਜਿੰਨਾ ਹੁਣ ਅਸੀਂ ਦੇਖ ਰਹੇ ਹਾਂ। ਸਾਨੂੰ ਕਈ ਵਾਰੀ ਐਂ ਲੱਗਦਾ ਸੀ ਵੀ ਯਾਰ ਕੁਛ ਵੀ ਨਹੀਂ ਹੋਣਾ, ਪਰ ਸਾਨੂੰ ਐਂ ਲੱਗਦਾ ਵੀ ਹੁਣ ਵੀ ਪਹਿਲਾਂ ਕਿਉਂ ਨਹੀਂ ਦੇਖੇ ਅਸੀਂ ਆ ਕੇ, ਹੈ ਨਾ। ਕਈ ਚੀਜ਼ ਦੇਖੇ ਤੋਂ ਪਤਾ ਲੱਗਦੀ ਹੁੰਦੀ ਹੈ, ਜਾਂ ਜਿਵੇਂ ਹੁਣ ਫਸਟ ਟਾਈਮ ਸ਼ਾਇਦ ਅਸੀਂ ਜਾਂ ਪੰਜਾਬੀ 'ਚ ਕੋਈ ਵਲੋਗਿੰਗ ਕਰਨ ਇੱਥੇ ਆਏ ਹੋ ਲਿਵਰਪੂਲ 'ਚ, ਹੈ ਨਾ। ਅਤੇ ਜੇ ਮਤਲਬ ਤੁਸੀਂ ਇਹਨੂੰ ਆਪਣੀ ਇੱਕ ਲਿਸਟ 'ਚ ਰੱਖ ਸਕਦੇ ਹੋ ਸ਼ਹਿਰ, ਜੇ ਤੁਸੀਂ ਇੱਧਰ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਤੁਹਾਡਾ ਰਹਿੰਦਾ ਨਾ, ਅਤੇ ਬਹੁਤ ਸੋਹਣਾ ਸ਼ਹਿਰ ਹੈਗਾ। ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਅਲਬਰਟ ਡੌਕ 'ਤੇ, ਅਤੇ ਇਹ ਸਮੁੰਦਰ ਵਾਲਾ ਪਾਸਾ ਲਿਵਰਪੂਲ ਦਾ, ਅਤੇ ਇੱਥੇ ਟਾਈਟੈਨਿਕ ਦਾ ਜਿਹੜਾ ਡੈੱਕ ਆ ਉਹ ਵੀ ਬਣਾਇਆ ਹੋਇਆ ਹੈਗਾ। ਟਾਈਟੈਨਿਕ ਜਹਾਜ਼ ਦੀ ਹਿਸਟਰੀ ਕਿਤੇ ਨਾ ਕਿਤੇ ਇਹ ਸ਼ਹਿਰ ਦੇ ਨਾਲ ਥੋੜ੍ਹੀ ਬਹੁਤ ਜੁੜਦੀ ਹੈਗੀ ਜਾ ਕੇ, ਕਿਉਂਕਿ ਇਹਦੇ ਸਾਹਮਣੇ ਵਾਲੇ ਪਾਸੇ ਨੌਰਦਰਨ ਆਇਰਲੈਂਡ ਪੈ ਜਾਂਦਾ ਹੈਗਾ। ਅਤੇ ਜਿਹੜਾ ਟਾਈਟੈਨਿਕ, ਚੱਲੀਏ ਜੀ, ਆ ਜਾਓ, ਥੱਕ ਜਾਂਦੇ ਆ ਬੰਦੇ ਸਾਡੇ। ਅਤੇ ਟਾਈਟੈਨਿਕ ਜਹਾਜ਼ ਬਾਰੇ ਥੋੜ੍ਹਾ ਜਿਹਾ ਤੁਹਾਨੂੰ ਦੱਸ ਦਈਏ, ਅਤੇ ਜਿਹੜਾ ਨੌਰਥ ਆਇਰਲੈਂਡ ਦਾ ਸ਼ਹਿਰ ਹੈ ਬੈਲਫਾਸਟ, ਉੱਥੇ ਇਹ ਤਿਆਰ ਹੋਇਆ ਸੀਗਾ ਸਾਰਾ, ਅਤੇ ਹੈੱਡ ਆਫਿਸ ਸੀ ਜਿਹੜਾ ਉਹਦਾ ਲਿਵਰਪੂਲ 'ਚ ਸੀਗਾ। ਸੰਦੀਪ ਕਿਹੜੀ ਸਟਰੀਟ 'ਤੇ ਸੀਗਾ? ਜੇਮਸ ਸਟਰੀਟ 'ਤੇ, ਇਸੇ ਕਰਕੇ ਮਤਲਬ ਇੱਥੇ ਦੇ ਨਾਮ ਨਾਲ ਜੋੜਿਆ ਜਾਂਦਾ। ਉਦੋਂ ਦੀਆਂ ਬਹੁਤ ਬਹੁਤ ਮਹਾਨ ਹਸਤੀਆਂ ਜਿਹੜੇ ਵੱਡੇ ਅਮੀਰ ਲੋਕ ਸੀਗੇ, ਅਤੇ ਉਹ ਤਾਂ ਚੜ੍ਹੇ ਸੀਗੇ, ਪਤਾ ਨਹੀਂ ਮੇ ਵੀ ਕਾਫੀ ਐਕਸਪੈਂਸਿਵ ਟਿਕਟ ਸੀ ਸ਼ਾਇਦ ਉਦੋਂ ਦੇ, $1000 ਕਹਿੰਦੇ, ਪਤਾ ਨਹੀਂ, ਜਾਂ 1000 ਤਾਂ ਮੇਰੇ ਖਿਆਲ 'ਚ ਘੱਟ ਹੋਣਾ, ਮਹਿੰਗੀ ਟਿਕਟ ਸੀ, ਮੈਨੂੰ ਐਗਜੈਕਟਲੀ ਯਾਦ ਨਹੀਂ ਕਿੰਨੀ ਸੀ। ਅਤੇ ਅਪ੍ਰੈਲ 1912 'ਚ ਚੱਲਿਆ ਸੀ ਇੱਥੋਂ ਦੇ ਇੰਗਲੈਂਡ ਦੇ ਸ਼ਹਿਰ ਸਾਊਥਹੈਂਪਟਨ ਤੋਂ ਨਿਊਯਾਰਕ ਲਈ, ਅਤੇ ਨੌਰਥ ਅਟਲਾਂਟਿਕ ਓਸ਼ੀਅਨ 'ਚ ਡੁੱਬ ਗਿਆ ਸੀ ਫਿਰ ਬਰਫ਼ ਦੇ ਤੋਦੇ ਨਾਲ ਟਕਰਾ ਕੇ। ਉਹਦਾ ਡੁੱਬਣ ਦਾ ਕਾਰਨ ਕੀ ਸੀ? ਸਪੀਡ, ਓਵਰ ਸਪੀਡ ਸੀਗਾ ਆਪਣੇ ਆਪ 'ਚ, ਉਹ ਕਹਿੰਦੇ ਇਹੋ ਜਿਹਾ ਜਹਾਜ਼ ਸੀਗਾ ਜਿਹੜਾ ਵੀ ਕਦੇ ਡੁੱਬ ਹੀ ਨਹੀਂ ਸਕਦਾ, ਇਹ ਕਹਿ ਕੇ ਉਹਨੂੰ ਪ੍ਰਚਾਰਿਆ ਸੀ, ਇਹ ਕਹਿ ਕੇ ਬਣਾਇਆ ਸੀਗਾ। ਪਰ ਉਹ ਆਪਦੀ ਪਹਿਲੀ ਜਰਨੀ 'ਚ ਹੀ ਜਹਾਜ਼ ਡੁੱਬ ਗਿਆ ਸੀਗਾ, ਕਿਉਂਕਿ ਓਵਰ ਸਪੀਡ ਸੀ। ਉਹ ਇੱਕ ਮਤਲਬ ਰਿਕਾਰਡ ਬਣਾਉਣਾ ਚਾਹੁੰਦਾ ਸੀਗਾ ਉਸ ਟਾਈਮ ਦੇ ਜਹਾਜ਼ਾਂ 'ਚ ਸਭ ਤੋਂ ਤੇਜ਼ ਦਾ, ਵੀ ਸਭ ਤੋਂ ਸੁਪਰਫਾਸਟ ਜਹਾਜ਼ ਹੋਊਗਾ ਇਹ। ਅਤੇ ਨੌਰਥ ਅਟਲਾਂਟਿਕ 'ਚ ਉਹ ਡੁੱਬਿਆ ਪਹਿਲਾਂ,
ਤੇ ਰੀਸੈਂਟਲੀ ਮੇਰੇ ਖਿਆਲ 'ਚ ਪਿਛਲੇ ਸਾਲ ਸਾਲ 2023 'ਚ ਇੱਕ ਪਣਡੁੱਬੀ, ਉਹ 'ਚ ਵੀ ਜੀ 'ਚ ਬਹੁਤ ਅਮੀਰ ਚਾਰ ਬੰਦੇ ਗਏ ਸੀਗੇ। ਟਾਈਟੈਨਿਕ ਦਾ ਮਲਬਾ ਅੱਜ ਵੀ ਹਜ਼ਾਰਾਂ ਫੁੱਟ ਥੱਲੇ ਸਮੁੰਦਰ 'ਚ ਪਿਆ ਹੈਗਾ, ਉਹਨੂੰ ਦੇਖਣ ਦੇ ਲਈ ਗਏ, ਉਹ ਡੁੱਬ ਗਏ। ਮੈਨੂੰ ਲੱਗਦਾ ਉਹ ਜਗ੍ਹਾ ਹੀ ਮਨਹੂਸ ਹੈ ਸਾਰੀ ਦੀ ਸਾਰੀ। ਅਤੇ ਬਾਕੀ ਨੌਰਥ ਐਟਲਾਂਟਿਕ ਓਸ਼ੀਅਨ ਹੈ ਜਿਹੜਾ, ਡੂੰਘੇ ਓਸ਼ੀਅਨ 'ਚ ਇੱਕ ਮੰਨਿਆ ਜਾਂਦਾ ਹੈਗਾ। ਅਤੇ ਇਹ ਸਾਰਾ ਇੱਧਰਲੇ ਪਾਸੇ ਲਿਵਰਪੂਲ ਸ਼ਹਿਰ ਰਹਿ ਗਿਆ ਹੁਣ। ਅਤੇ ਹੁਣ ਅਸੀਂ ਜਿਹੜਾ ਟਾਈਟੈਨਿਕ ਦਾ ਡੈੱਕ ਹੈ ਅਤੇ ਉਹਦੇ ਨਾਲ ਸੰਬੰਧਿਤ ਯਾਦਾਂ ਇੱਥੇ ਬਣਾਈਆਂ ਹੋਈਆਂ ਸਾਰੀਆਂ, ਉਹ ਦੇਖਣ ਦੇ ਲਈ ਚੱਲੇ। ਹੋਟਲ ਵੀ ਹੈ ਇੱਕ ਬਣਾਇਆ, ਟਾਈਟੈਨਿਕ ਹੋਟਲ ਵੀ ਹੈ, ਟਾਈਟੈਨਿਕ ਹੋਟਲ ਵੀ ਹੈ ਇੱਥੇ। ਅੱਛਾ, ਜਿਹੜੇ ਪਿੱਛੇ ਆਪਾਂ ਦਿਖਾਵਾਂਗੇ ਉਹ ਬਲੈਕ ਵਨ ਆ, ਹਾਂਜੀ, ਉਹ ਲਾਈਕ ਉਹਦੀ ਸ਼ੇਪ ਦਾ ਬਣਾਇਆ ਹੋਇਆ, ਆਈ ਥਿੰਕ ਟਾਈਟੈਨਿਕ ਵਾਂਗੂ ਬਣਾਇਆ ਉਹਦੀ ਯਾਦ, ਮਿਊਜ਼ੀਅਮ ਵਗੈਰਾ ਉੱਤੇ ਉਹਦੇ ਵਿੱਚ, ਤੇ ਰੈਸਟੋਰੈਂਟਸ ਵਗੈਰਾ ਨੇਗੇ ਉਹਦੇ ਵਿੱਚ ਬਣੇ ਹੋਏ, ਪਰ ਉਹਦੇ ਬਾਹਰੋਂ ਜਿਹੜੀ ਸ਼ੇਪ ਹੈ ਨਾ ਉਹ ਸ਼ਿਪ ਦੀ ਸ਼ੇਪ ਬਣਾਈ ਉਹਨਾਂ ਨੇ। ਠੀਕ ਹੈ, ਜਿੱਦਣ ਦੇ ਅਸੀਂ ਇੱਥੇ ਆਏ ਨਾ, ਪੋਸਟ ਆਫਿਸ ਅਸੀਂ ਬਹੁਤ ਜ਼ਿਆਦਾ ਦੇਖੇ ਨੇ, ਆਹ ਸਾਹਮਣੇ ਦੇਖ ਲਓ ਪੋਸਟ ਆਫਿਸ ਆ ਗਿਆ। ਅਤੇ ਇੱਥੇ ਚਿੱਠੀਆਂ ਪਾਉਣ ਦਾ ਯਾਰ ਰਿਵਾਜ਼ ਅੱਜ ਵੀ ਹੈਗਾ, ਅਤੇ ਲੋਕ ਇੱਕ ਦੂਜੇ ਨੂੰ ਖੱਤ ਲਿਖਦੇ ਆ ਗੋਰੇ। ਵਾਹ ਕਿਆ ਬਾਤ ਹੈ, ਲੰਡਨ ਆਈ, ਮਿੰਨੀ ਲੰਡਨ ਆਈ ਹੈ, ਲਿਵਰਪੂਲ ਆਈ ਹੈ, ਇੱਥੋਂ ਸ਼ਾਇਦ ਲਿਵਰਪੂਲ ਦਿਖਦਾ ਹੋਊਗਾ ਸਾਰਾ। ਇਹੋ ਜਿਹੀਆਂ ਬੱਸਾਂ ਵੀ ਚੱਲਦੀਆਂ ਡਬਲ ਡੈਕਰ ਇੱਥੇ, ਅਤੇ ਜਿਸ ਤਰ੍ਹਾਂ ਆ ਜਾਂਦੀ ਹੈ ਨਾ, ਅਤੇ ਤੁਸੀਂ ਇਹਦੇ 'ਤੇ ਬਹਿ ਕੇ ਵੀ ਲਿਵਰਪੂਲ ਘੁੰਮ ਸਕਦੇ ਹੋ। ਇਹ ਆ ਗਿਆ ਸਾਹਮਣੇ ਵਾਲੇ ਪਾਸੇ, ਜਿਹਦੇ ਬਾਰੇ ਪਹਿਲਾਂ ਭੈਣ ਗੱਲ ਕਰਦੇ ਸੀਗੇ, ਦਾ ਬੀਟਲਸ, ਮਤਲਬ ਇਹ ਬੈਂਡ ਵਾਲੇ ਹੋਣਗੇ ਇੱਥੇ ਜਿਹੜੇ ਬੈਂਡ ਵਜਾਉਂਦੇ ਆ, ਅਤੇ ਉਹ ਇੰਗਲੈਂਡ 'ਚ ਸਭ ਤੋਂ ਵੱਧ ਜਿਹੜੇ ਫੇਮਸ ਹੋਣੇ ਇੱਥੋਂ ਦੇ ਹੋਣੇ। ਉਹ ਜਿਹੜੇ ਆਪਣੇ ਉਹ ਨਹੀਂ ਉਹ ਦੇਖੇ ਬੁਲਬਲੇ ਜੇ ਪਰ ਫੌਜੀ ਬੈਂਡ ਵਜਾਉਂਦੇ ਹੁੰਦੇ ਸੀ, ਉਹਦੀ ਗੱਲ ਕਰਦੀ ਹਾਂ ਸੰਦੀਪ? ਨਹੀਂ ਨਹੀਂ ਨਹੀਂ, ਇਹ ਹੋਰ ਬੈਂਡ ਸੀ, ਇਹ ਗਾਉਂਦੇ ਸੀਗੇ ਸਾਰੇ ਇਕੱਠੇ। ਅੱਛਾ, ਇਹ ਹੁਣ ਇਹਨਾਂ 'ਚੋਂ ਇੱਕ ਤਾਂ ਕੋਈ ਹੁਣ ਕਿਸੇ ਦੀ ਇੱਕ ਦੀ ਤਾਂ ਹੁਣ ਡੈਥ ਹੋਈ ਆ ਹਜੇ ਇਹਨਾਂ 'ਚੋਂ। ਅੱਛਾ, ਲੇਕਿਨ ਇਹਨਾਂ ਦਾ ਮਿਊਜ਼ਿਕ ਬਹੁਤ ਜ਼ਿਆਦਾ ਫੇਮਸ ਸੀਗਾ। ਅੱਛਾ, ਆਪਣੇ ਜ਼ਮਾਨੇ 'ਚ। ਓਕੇ, ਹਾਂ, ਫਿਰ ਇਹਨਾਂ 'ਚੋਂ ਥਿੰਕ ਇੱਕ ਦਾ ਕੋਈ ਮਰ ਗਿਆ ਸੀ ਅਤੇ ਬਾਅਦ 'ਚ ਕੋਈ ਆਈ ਥਿੰਕ ਛੱਡ ਗਿਆ ਗਰੁੱਪ, ਫਿਰ ਇਹਨਾਂ ਥੋੜ੍ਹਾ ਬੰਦ ਹੋ ਗਿਆ ਸੀ, ਪਰ ਆਪਣੇ ਜ਼ਮਾਨੇ 'ਚ ਬਹੁਤ ਜ਼ਿਆਦਾ ਫੇਮਸ ਸੀਗੇ। ਇਹਨਾਂ ਉੱਥੇ ਸਟੈਚੂ ਵੀ ਬਣੇ ਹੋਏ ਆਪਾਂ ਦੇਖ ਕੇ ਆਉਂਦੇ ਉੱਥੇ। ਚਲੋ ਅੰਦਰਲੇ ਪਾਸੇ ਚੱਲਦੇ ਹਾਂ ਹੁਣ। ਇੱਥੇ ਇਹ ਸ਼ਹਿਰ ਨੂੰ ਯਾਰ ਅੱਜ ਤੋਂ ਪਹਿਲਾਂ ਤਾਂ ਕੌਣ ਜਾਣਦਾ ਸੀਗਾ, ਅੱਜ ਹੀ ਤੁਹਾਡੇ ਨਾਲ ਇੰਟਰੋਡਿਊਸ ਕਰਾਇਆ, ਬਹੁਤ ਘੱਟ ਘੁੰਮਦੇ ਸੀ ਲਿਵਰਪੂਲ ਨੂੰ। ਸੰਦੀਪ, ਸਾਡਾ ਧੰਨਵਾਦ ਕਰਿਆ ਕਰਨਾ ਹੁਣ, ਤੇਰਾ ਸ਼ਹਿਰ ਅਸੀਂ ਦੁਨੀਆ ਭਰ ਨੂੰ ਦਿਖਾਤਾ ਵੀ ਲਿਵਰਪੂਲ ਇੰਨਾ ਸੋਹਣਾ, ਨਹੀਂ ਤਾਂ ਗੱਲਾਂ ਦੱਸਣ ਜੋਗੀ ਸੀ ਵਿਚਾਰੀ ਦੁਨੀਆ। ਲਿਵਰਪੂਲ ਐਵੇਂ ਲਿਵਰਪੂਲ, ਲਿਵਰਪੂਲ ਕਿੱਥੇ ਹੈ? ਅੱਛਾ, ਉਹ ਕਈ ਤਾਂ ਲਿਵਰਪੂਲ ਸਟਰੀਟ ਨੂੰ ਲਿਵਰਪੂਲ ਬਣਾਈ ਜਾਂਦੇ ਸੀ ਜਿਹੜੇ ਜਿਹੜੇ ਲੰਡਨ ਚ ਲੰਡਨ ਜੇ ਕੇ ਸਟਰੀਟ ਹੈ ਲਿਵਰਪੂਲ ਸਟਰੀਟ। ਆਪਾਂ ਗਏ ਸੀ ਜਿੱਦਾਂ, ਹਾਂਜੀ ਹਾਂਜੀ ਹਾਂਜੀ, ਉਹ ਪੁਲਿਸ ਵਾਲਿਆਂ ਦਾ ਸ਼ਿਪ ਹੈ ਹੋਗਾ, ਕੀ ਬਾਤ ਹੈ, ਜਿਹੜੀ ਕੀ ਬੋਲਦੇ ਨੇ, ਇਹ ਪਾਣੀ ਇਹਨਾਂ ਕਾਲਾ ਕਿਉਂ ਆ ਥੱਲੇ, ਉਹ ਇਹਦਾ ਬਲੈਕ ਸੀ ਇਧਰ, ਇਹ ਤਾਂ ਰੁਕਿਆ ਜਿਹੜਾ ਅੱਗੇ ਵਾਲਾ ਹੈਗਾ ਉਹ। ਅੱਛਾ, ਉਹ ਸਾਫ ਆ, ਚਲੋ ਸਮੁੰਦਰ ਕਿਨਾਰੇ 'ਚ ਲੈ ਕੇ ਚਲੋ ਹੁਣ। ਚਲੋ ਜੀ, ਰੈਸਟੋਰੈਂਟ ਦੇਖੋ ਯਾਰ ਕਿੰਨੇ ਪਿਆਰੇ ਪਿਆਰੇ ਬਣੇ ਹੋਏ ਇੱਥੇ, ਪੂਰੇ ਐਨ ਇੰਗਲੈਂਡ ਦੀ ਲੰਡਨ ਦੀ ਵਾਈਵ ਦਿੰਦੇ ਆ, ਅਤੇ ਆ ਟੈਲੀਫੋਨ ਵਾਲਾ, ਇਹ ਲੰਡਨ 'ਚ ਤਾਂ ਤੁਹਾਨੂੰ ਬਹੁਤ ਦੇਖਣ ਨੂੰ ਮਿਲ ਜਾਣਗੇ, ਇਹ ਰੱਖੇ ਹੋਏ ਆ, ਅਤੇ ਆ ਲੰਡਨ ਬੱਸ ਸਟਰੀਟ ਫੂਡ। ਇਹ ਬੱਸਾਂ ਭਾਵੇਂ ਹੋਰ ਦੁਨੀਆ ਭਰ 'ਚ ਕਿਤੇ ਚੱਲੀ ਜਾਣ, ਪਰ ਲੰਡਨ ਬੱਸ ਦੇ ਨਾਲ ਹੀ ਪਾਪੂਲਰ ਰਹੂਗੀ, ਸ਼ਾਇਦ ਲੰਡਨ 'ਚ ਪਹਿਲਾਂ ਚੱਲੀ ਹੋਈ ਤਾਂ ਕਰਕੇ ਮੋਸਟਲੀ ਲੋਕ ਜਾਣਦੇ ਇਹਨੂੰ ਸਿਰਫ ਲੰਡਨ ਲਈ, ਲੰਡਨ ਬੱਸ ਹੀ ਜ਼ਿਆਦਾ ਬੋਲਿਆ ਜਾਂਦਾ। ਆ ਇਹਨਾਂ ਦਾ ਟ੍ਰੈਡੀਸ਼ਨਲ ਹੈ ਤੁਰਕਿਸ਼ ਬਾਰਬੀਕਿਊ ਸਟਰੀਟ ਫੂਡ, ਸਾਰੀਆਂ ਇਹ ਆ ਗਈਆਂ ਮਤਲਬ ਫੂਡ ਦੀਆਂ, ਜਿਵੇਂ ਆਪਣੇ ਰੇਹੜੀਆਂ ਲੱਗਦੀਆਂ, ਬਸ ਇਹਨਾਂ ਦੇ ਇਸ ਤਰ੍ਹਾਂ ਕਰਕੇ ਖੜਾ ਕੇ ਰੱਖਦੇ ਆ, ਇਹਨਾਂ 'ਚ ਦਿੰਦੇ ਆ ਫੂਡ।
ਆ ਗ੍ਰੀਕ ਆ ਗਿਆ, ਅਲੱਗ ਅਲੱਗ ਕੰਟਰੀਜ਼ ਦਾ ਫੂਡ ਆ ਯਾਰ ਸਾਰਾ। ਜਿਹੜਾ ਲਿਵਰਪੂਲ ਹੈ ਨਾ, ਇਹ ਪੁਰਾਣੇ ਟਾਈਮ 'ਚ ਮਸ਼ਹੂਰ ਹੁੰਦਾ ਸੀਗਾ ਸਭ ਤੋਂ ਜ਼ਿਆਦਾ, ਮਤਲਬ ਇਹਦੇ ਪੋਰਟ ਕਰਕੇ, ਸੀ ਪੋਰਟ ਕਰਕੇ, ਕਿਉਂਕਿ ਸਮੁੰਦਰ ਦਾ ਸਭ ਤੋਂ ਵੱਡਾ ਪੋਰਟ ਲਿਵਰਪੂਲ ਦੇ ਵਿੱਚ ਹੁੰਦਾ ਸੀਗਾ। ਅਤੇ ਅੱਜ ਕੱਲ੍ਹ ਇਹ UK ਦੇ ਮਤਲਬ ਟੋਪ 5 ਸਿਟੀਜ਼ 'ਚ ਆਉਂਦਾ। ਹੁਣ ਤਾਂ ਸ਼ਾਇਦ ਪੋਰਟ ਹੋਰ ਥਾਂ ਵੀ ਬਣ ਗਏ ਹੁਣ। ਬਾਕੀ ਸਭ ਤੋਂ ਜ਼ਿਆਦਾ ਜੇ ਮਸ਼ਹੂਰ ਹੈਗਾ ਤਾਂ ਉਹ ਇੱਥੋਂ ਦੇ ਬੀਟਲਸ ਕਰਕੇ, ਜਿਹੜਾ ਭੈਣ ਨੇ ਦੱਸਿਆ ਸੀ ਸਾਨੂੰ ਇਹਦੇ ਬਾਰੇ ਪਤਾ ਨਹੀਂ ਸੀ ਬਿਲਕੁਲ ਵੀ, ਅਤੇ ਇੱਥੇ ਆ ਕੇ ਪਤਾ ਲੱਗਿਆ ਇੰਗਲੈਂਡ ਦੇ ਸਭ ਤੋਂ ਵੱਧ ਗਾਉਣ ਵਜਾਉਣ ਵਾਲੇ ਮਤਲਬ ਇੱਥੇ ਦੇ ਮਸ਼ਹੂਰ ਹੈਗੇ। ਅਤੇ ਹੁਣ ਅਸੀਂ ਬਿਲਕੁਲ ਸਮੁੰਦਰ ਦੇ ਕਿਨਾਰੇ ਪਹੁੰਚ ਗਏ ਅਤੇ ਤੁਹਾਨੂੰ ਆਲਾ ਦੁਆਲਾ ਦਿਖਾਉਂਦੇ ਇੱਥੇ ਦਾ। ਠੰਡ ਬਹੁਤ ਜ਼ਿਆਦਾ ਯਾਰ, ਪਤਾ ਨਹੀਂ ਸਮੁੰਦਰ ਕਰਕੇ ਹੈ। ਅਤੇ ਸਾਹਮਣੇ ਵਾਲੇ ਪਾਸੇ ਉਹ ਸ਼ਿਪ ਵੀ ਖੜ੍ਹੇ ਆ, ਅਤੇ ਇੱਧਰਲੇ ਸਾਹਮਣੇ ਵਾਲੇ ਪਾਸੇ ਨੂੰ ਇੱਧਰ ਆ ਜਾਂਦਾ ਨੌਰਥ ਆਇਰਲੈਂਡ, ਅਤੇ ਸਮੁੰਦਰ ਦੇ ਵਿੱਚ ਸਿੱਧਾ ਜਾਊਂਗੇ ਨੌਰਥ ਆਇਰਲੈਂਡ ਆ ਸਾਰਾ। ਇਹ ਜਿਵੇਂ ਤੁਹਾਨੂੰ ਦੱਸਿਆ ਸੀ ਬਿਲਕੁਲ ਲਿਵਰਪੂਲ ਸਮੁੰਦਰ ਦੇ ਕਿਨਾਰੇ ਵਸਿਆ ਹੋਇਆ, ਅਤੇ ਇੱਥੇ ਆ ਕੇ ਇਹ ਸਮੁੰਦਰ ਲੱਗ ਜਾਂਦਾ ਹੈਗਾ। ਕਿੰਨਾ ਜੀ ਦਿਖਾਇਓ ਮਾੜਾ ਜਿਹਾ, 8 ਟੈਂਪਰੇਚਰ ਹੈ ਖੁਸ਼ੀ ਕਹਿੰਦੇ। ਅਤੇ ਦੇਖੋ ਲਿਵਰਪੂਲ 8 ਡਿਗਰੀ, ਬਹੁਤ ਠੰਡ ਹੈ ਯਾਰ। ਹਾਂਜੀ, ਅਤੇ ਕੱਲ੍ਹ ਦਾ ਤਾਂ ਸਾਰਾ ਦਿਨ ਮੀਂਹ ਦੱਸਿਆ ਹੋਇਆ। ਅਤੇ ਦੂਜੀ ਗੱਲ, ਆ ਜਿੰਦੇ ਇੱਥੇ ਵੀ ਲਾ ਕੇ ਰੱਖਦੇ ਆ, ਇਹ ਤੁਹਾਨੂੰ ਯੂਰਪ 'ਚ ਕਲਚਰ ਬਹੁਤ ਹਮੇ ਮਿਲਜੂ। ਇਹ ਪਿਆਰ ਦਾ ਜਿੰਦਾ ਲਾ ਦਿੰਦੇ ਆ, ਜਿਵੇਂ ਦੋਨੇ ਜਾਣੇ ਮੈਂ ਤਾਂ ਖੁਸ਼ੀ ਇੱਥੇ ਲਾ ਦਈਏ ਵੀ ਪਿਆਰ ਪੱਕਾ ਰਹੂਗਾ, ਜਿੰਦਾ ਭਾਵੇਂ ਖੁਰਜੇ ਇਹਦੇ ਨਾਲ ਸਮੁੰਦਰ ਦੀ ਹਵਾ ਦੇ ਨਾਲ। ਚੱਲੀਏ, ਠੰਡ ਆ ਯਾਰ ਇੱਥੇ, ਪਿੱਛੇ ਨੂੰ ਚੱਲੀਏ। ਤੁਸੀਂ ਤਾਂ ਨਹੀਂ ਲਾਉਣਾ ਜਿੰਦਾ ਖੁਸ਼ੀ? ਹੁਣ ਤੁਹਾਨੂੰ ਹੋਰ ਪਿਛਲੇ ਪਾਸਿਓ ਸ਼ਹਿਰ ਦਾ ਆਲਾ ਦੁਆਲਾ ਦਿਖਾਉਂਦੇ ਆ। ਸਾਰੇ ਫੋਰਨਰ ਆ ਇੱਥੇ, ਸਾਰੇ ਦੇ ਸਾਰੇ ਇੰਗਲੈਂਡ ਦੇ ਵੀ ਬਹੁਤ ਸਾਰੇ ਫੋਰਨਰ ਇੱਥੇ ਘੁੰਮਣ ਫਿਰਨ ਆਉਂਦੇ ਆ, ਮਤਲਬ ਇਹ ਸ਼ਹਿਰ ਨੂੰ ਦੇਖਣ ਲਈ। ਇੰਗਲੈਂਡ ਦੇ ਫੋਰਨਰ ਕਹਿ ਗਿਆ ਮਤਲਬ ਵੀ ਹੋਰ ਸਿਟੀ 'ਚੋਂ, ਲੰਡਨ ਵੱਲ ਤੋਂ। ਵਧੀਆ ਸਿਟੀ ਹੈ ਯਾਰ, ਬਹੁਤ ਸੋਹਣਾ ਲੱਗਿਆ ਲਿਵਰਪੂਲ। ਸੰਦੀਪ, ਇੱਥੇ ਤਾਂ ਆਪਣੀ ਪੰਜਾਬੀ ਫੈਮਿਲੀਜ਼ ਘੱਟ ਹੀ ਹੋਣੀ ਆ। ਹਾਂ, ਜ਼ਿਆਦਾ ਨਹੀਂ ਹੈ। ਕਿੰਨੇ ਕੁ ਪੰਜਾਬੀ ਰਹਿੰਦੇ ਆ ਫਿਰ ਵੀ? ਮੈਂ ਵੀ ਹੋਣੇ 25-30 ਆਈ ਥਿੰਕ ਲਿਵਰਪੂਲ 'ਚ ਬਸ। ਹਾਂ, ਇੰਨੇ ਕੀ ਨੇ 25-30? ਹਾਂ, ਤਾਂ ਹੀ ਹਜੇ ਤੱਕ ਪੱਗ ਵਾਲਾ ਤਾਂ ਇੱਕ ਵੀ ਨਹੀਂ ਟੱਕਰਿਆ ਅੱਜ ਸਵੇਰ ਦਾ। ਜੇ ਹੋਣੇ ਵੀ ਮੈਨੂੰ ਲੱਗਦਾ ਸਾਡੇ ਬਾਈ ਵਾਂਗੂ ਹੋਣੇ, ਤੇ ਕਟਿੰਗ ਵਾਲੇ ਸਾਰੇ। ਪੱਗ ਵਾਲਾ ਤਾਂ ਨਹੀਂ ਹੈਗਾ ਕੋਈ? ਪੱਗ ਵਾਲਾ ਹੈਗਾ? ਪੱਗ ਵਾਲਾ ਥਿੰਕ ਇੱਕ ਤਾਂ ਨਹੀਂ, ਦੋ ਨੇ, ਇੱਕ ਜਾਂ ਦੋ। ਨਾ ਨਾ, ਜੱਗੀ ਭਾਜੀ ਨਹੀਂ ਹੈਗੇ। ਅੱਛਾ, ਉਹ ਤਾਂ ਬਸ ਪਾਰਟੀਜ਼ ਦੀ ਬੰਦ। ਦੋ ਕੀ ਆ ਬਸ ਪੱਗਾਂ ਵਾਲੇ? ਦੋ ਤਿੰਨ ਕੀ ਹੋਣੇ, ਦੋ ਵਾਧਾ ਨਹੀਂ ਹੈਗੇ। ਹਾਂ, ਨਹੀਂ ਤੁਹਾਨੂੰ ਪਤਾ ਜਦੋਂ ਅਸੀਂ ਘੁੰਮਦੇ ਹਾਂ ਇੱਕ ਵੀ ਸ਼ਹਿਰ ਇਹੋ ਜਿਹਾ ਨਹੀਂ ਹੁੰਦਾ ਜਿੱਥੇ ਸਾਨੂੰ ਕੋਈ ਨਾ ਕੋਈ ਨਾ ਮਿਲੇ, ਕੋਈ ਨਾ ਕੋਈ ਮਿਲਦਾ ਹੀ। ਇੱਥੇ ਪੰਜਾਬੀ ਘੱਟ ਆ, ਉਹ ਕੰਮਾਂ ਕਾਰਾਂ ਦੇ ਗਏ ਹੋਣੇ ਮੋਸਟਲੀ, ਉਹੀ ਹੈ ਜਿਹੜੇ ਨੂੰ ਆਪਾਂ ਜਾਣਦੇ ਹਾਂਗੇ ਜਿਵੇਂ। ਅੱਛਾ, ਸਾਰਿਆਂ ਨੂੰ ਜਾਣਦੀਆਂ ਜਿੰਨੀਆਂ ਫੈਮਿਲੀ ਦੇ ਇੱਧਰ ਜਾਣਾ। ਓਕੇ, ਹਾਂਜੀ ਸੰਦੀਪ, ਜਿਵੇਂ ਇੱਥੇ ਆਪਣਾ ਕਰੂਜ਼ ਖੜ੍ਹੇ ਆ ਸਾਹਮਣੇ, ਅਤੇ ਸਮੁੰਦਰ ਰਾਹੀਂ ਵੀ ਜਾ ਸਕਦੇ ਹੋਵਾਂਗੇ ਜਿਵੇਂ ਇੱਥੋਂ ਐਮਸਟਰਡਮ ਵਗੈਰਾ, ਨੀਦਰਲੈਂਡ ਜਾਂ ਹੋਰ ਜਿਵੇਂ ਜਿਹੜੇ ਜਿਹੜੇ ਸਮੁੰਦਰ 'ਤੇ ਲੱਗਦੇ ਆ। ਉਹ ਤਾਂ ਮੈਨੂੰ ਬਸ ਇੰਨਾ ਨੌਲੇਜ ਨਹੀਂ ਤੈਨੂੰ ਦੱਸਾਂ ਮੈਂ ਸਹੀ ਗੱਲ, ਬਾਕੀ ਨਾ ਮੈਨੂੰ ਇੰਨਾ ਪਤਾ ਹੈਗਾ ਵੀ ਜਿਵੇਂ ਕਈ ਜਿਵੇਂ ਉਹ ਨਹੀਂ ਹੁੰਦੇ ਕਰੂਜ਼ ਉਹਨਾਂ ਨੇ ਬੁੱਕ ਕੀਤੇ ਹੁੰਦੇ ਨੇ, ਜਿਵੇਂ ਨਿਊਯਾਰਕ ਵਗੈਰਾ ਜਾਂਦੇ ਆ ਜਾਂ ਹੋਰ ਕਿਤੇ ਜਾਂਦੇ ਨੇ ਲਾਈਕ ਅਦਰ ਕੰਟਰੀਜ਼ ਦੇ ਵਿੱਚ, ਉਹ ਇੱਥੇ ਸਟਾਪ ਕਰਦੇ ਆ ਮੋਸਟਲੀ ਨਾ ਉਹ ਜਿਹੜੇ ਕਰੂਜ਼। ਨੀਦਰਲੈਂਡ ਮੈਨੂੰ ਆਉਂਦਾ ਸੀ, ਨੀਦਰਲੈਂਡ ਵੀ ਅਲੱਗ ਕੰਟਰੀ ਹੈ। ਨੀਦਰਲੈਂਡ ਅਲੱਗ ਕੰਟਰੀ ਨਹੀਂ ਹੈਗਾ? ਨੀਦਰਲੈਂਡ ਨੀਦਰਲੈਂਡ ਹਾਲੈਂਡ ਅਲੱਗ ਕੰਟਰੀ ਹੈ। ਮੈਂ ਉਹੀ ਪੁੱਛਿਆ ਵੀ ਨੀਦਰਲੈਂਡ ਨੂੰ ਸ਼ਿਪ ਚੱਲਦੇ ਇੱਥੋਂ ਕਿ ਨਾ,
ਸਾਹਮਣੇ ਵਾਲੇ ਪਾਸੇ ਨੀਦਰਲੈਂਡ ਲੱਗਦਾ ਨਾ, ਅਸੀਂ ਤਾਂ ਪਲੇਨ ਤੇ ਗਏ ਸੀ, ਭੈਣ ਨੂੰ ਪਤਾ ਨੀ ਵੈਸੇ ਚੱਲਦੇ ਹੋਣਗੇ ਮੈਨੂੰ ਲੱਗਦਾ, ਕਿਉਂਕਿ ਉਹ ਸਾਹਮਣੇ ਨਾ ਉਹ ਕਰੂਜ਼ ਖੜਾ ਹੈਗਾ, ਉਹਦੇ ਉੱਤੇ ਲਿਖਿਆ ਕਨੈਕਟਿੰਗ ਯੂਰਪ, ਤੁਹਾਨੂੰ ਦਿਖਾ ਦੇਣਾ ਥੋੜ੍ਹਾ ਜਿਹਾ ਨੇੜੇ ਕਰਕੇ, ਉਹ ਦੇਖੋ ਪੜ੍ਹੋ ਕਨੈਕਟਿੰਗ ਯੂਰਪ, ਤਾਂ ਕਰਕੇ ਮੇਰੇ ਖਿਆਲ 'ਚ ਆਇਆ ਵੀ ਪਰ ਮੈਨੂੰ ਕਰੂਜ਼ ਜਾਂਦੇ ਇੱਥੋਂ ਨਿਊਯਾਰਕ ਵਗੈਰਾ ਨੂੰ ਜਾਂਦੇ ਨੇਗੇ। ਅੱਛਾ ਨਿਊਯਾਰਕ ਜਾਂਦਾ, ਇੱਥੋਂ ਨਹੀਂ ਚੱਲਦਾ, ਲਾਈਕ ਸਟਾਪ ਓਵਰ ਹੁੰਦਾ ਇਹਨਾਂ ਦਾ। ਅੱਛਾ ਜ਼ਿਆਦਾ ਮੋਸਟਲੀ ਚੱਲਦੇ ਨੇਗੇ ਕਿੱਥੋਂ, ਸਾਊਥਹੈਂਪਟਨ ਤੋਂ। ਅੱਛਾ ਸਾਊਥਹੈਂਪਟਨ ਤੋਂ, ਜਦੋਂ ਟਾਈਟਨ ਗਿਆ ਸੀਗਾ ਟਾਈਟਨ, ਉੱਥੋਂ ਦਾ ਮਨਹੂਸ ਹੀ ਤਾਂ ਉੱਥੋਂ ਦਾ ਖੜਾ ਜਾਵੇ। ਮੈਂ ਹਰਜਿੰਦਰ ਨੂੰ ਕਿਹਾ ਸੀ ਆਪਾਂ ਕਰੂਜ਼ 'ਤੇ ਜਾਣਾ, ਪਰ ਮੈਂ ਸਾਊਥਹੈਂਪਟਨ ਤੋਂ ਨਹੀਂ ਜਾਣਾ, ਮੈਂ ਲਿਵਰਪੂਲ 'ਤੇ ਲੈਣਾ। ਹੁਣ ਅਸੀਂ ਇੱਥੋਂ ਚੱਲੇ ਹਾਂ ਵਾਪਸ ਦੁਬਾਰਾ ਸ਼ਹਿਰ ਵਾਲੇ ਪਾਸੇ ਵੱਲ ਨੂੰ ਜਾਂਦੇ ਹਾਂ, ਅਤੇ ਇਹ ਸੀ ਸਾਰਾ ਆਲਾ ਦੁਆਲਾ ਸਮੁੰਦਰ ਦੇ ਕਿਨਾਰੇ ਦਾ ਜਿੰਨਾ ਤੁਹਾਨੂੰ ਦਿਖਾਇਆ ਹੈਗਾ। ਆਹ ਆ ਗਏ ਬੀਟਲਸ ਭਰਾ, ਇਹ ਇੱਥੇ ਲੱਗੀ ਹੋਈ ਹੈ ਜੀ ਬੀਟਲਸ ਦੀ ਯਾਦ, ਇਹ ਸੀ ਜਿਹੜੇ ਸੰਗੀਤ ਵਜਾਉਣ ਵਾਲੇ ਸੀਗੇ, ਅਤੇ ਸਾਹਮਣੇ ਇੱਥੇ ਲਿਖਿਆ ਵੀ ਹੋਇਆ ਇਹਨਾਂ ਦੇ ਬਾਰੇ, ਆਹ ਦੇਖੋ ਦਾ ਬੀਟਲਸ, ਅਤੇ ਦਸੰਬਰ 5, 1965 ਨੂੰ ਇਹਨਾਂ ਨੇ ਅੰਪਾਇਰ ਥੀਏਟਰ ਸੀ ਜਿਹੜਾ ਲਿਵਰਪੂਲ, ਉਹਦੇ 'ਚ ਪਰਫਾਰਮ ਕੀਤਾ ਹੋਣਾ ਹੁਣ ਯਾਦ 'ਚ ਲਾਸਟ ਟਾਈਮ, ਅਤੇ ਉਦੋਂ ਪਹਿਲਾਂ ਦੇ ਮਸ਼ਹੂਰ ਹੋਣੇ ਵੈਸੇ। ਇਹਨਾਂ ਦਿਨਾਂ 'ਚ ਨਾ ਤੁਹਾਨੂੰ ਯੂਰਪ 'ਚ ਇੰਗਲੈਂਡ 'ਚ ਗੋਰੇ ਬਿਲਕੁਲ ਨਹੀਂ ਮਿਲਣਗੇ, ਇਹਨਾਂ ਦਿਨਾਂ 'ਚ ਆਉਂਦੇ ਹੁੰਦੇ ਆਪਣੇ ਇੰਡੀਆ ਵੱਲ ਉਹ, ਜਾਂ ਜਿਹਨੇ ਏਸ਼ੀਅਨ ਕੰਟਰੀ ਆ ਅਤੇ ਉੱਥੇ ਬੀਚਸ 'ਤੇ, ਜਾਂ ਜਿਵੇਂ ਗੋਆ ਹੋਰ, ਅਤੇ ਕਿਉਂਕਿ ਇਹਨਾਂ ਦਿਨਾਂ 'ਚ ਵਿੰਟਰ ਹੈ ਹੁਣ ਇੱਥੇ ਠੰਡ ਪਈ ਜਾਂਦੀ ਹੈ, ਅਤੇ ਵਿਟਾਮਿਨ ਡੀ ਲੈਣ ਲਈ ਉੱਥੇ ਆ ਜਾਂਦੇ, ਜਦੋਂ ਆਪਣੇ ਗਰਮੀ ਪੈਣ ਲੱਗ ਜੂਗੀ ਅਤੇ ਜਮ੍ਹਾਂ ਜੂਨ ਜੁਲਾਈ ਦੇ ਮਹੀਨੇ ਮੌਸਮ ਸਹੀ ਹੋ ਜਾਣਗੇ, ਉਦੋਂ ਦੁਬਾਰਾ ਇੱਧਰ ਆ ਜਾਣਗੇ, ਉਦੋਂ ਇੱਥੇ ਮੌਸਮ ਸਹੀ ਹੋ ਜਾਂਦਾ ਹੈਗਾ। ਇਹ ਸਾਰੀਆਂ ਬੱਸਿਸ ਹੈ ਲਿਵਰਪੂਲ ਦੀਆਂ ਜਿੰਨੀਆਂ, ਇਹ ਘੁੰਮਾਉਂਦੀਆਂ ਫਿਰਾਉਂਦੀਆਂ, ਸਾਈਟ ਸੀਇੰਗ ਕਰਾਉਂਦੀਆਂ, ਇਹਦੇ ਵਿੱਚ ਇਹਨਾਂ ਨੇ ਟੂਰ ਵੀ ਲਿਖਿਆ ਹੁੰਦਾ ਹੈਗਾ ਕਿ ਕੀ ਟੂਰ ਦੇ ਵਿੱਚ ਪੈਕੇਜ ਹੈ, ਥੋੜ੍ਹਾ ਜਿਹਾ ਤੁਹਾਨੂੰ ਦਿਖਾਈ ਦਿੰਦੇ ਹਾਂ। ਇੱਥੇ ਨੇੜੇ ਦਿੱਤਾ ਹੁੰਦਾ ਸਿਟੀ ਟੂਰ ਦੇ ਵਿੱਚ ਕਿ ਸਿਟੀ ਟੂਰ 'ਚ ਕੀ ਕੁਛ ਦਿੰਦੇ ਆ, ਟਿਕਟ ਵੀ ਲਿਖੀ ਹੋਈ ਹੈ ਇਹਨਾਂ ਨੇ ਜੀ, £15 ਟਿਕਟ ਹੈਗੀ, £15 ਹੈ, ਇਹ ਤਾਂ ਬੈਟਲਸ ਐਕਸਪਲੋਰਰ ਬੀਟਲਸ ਦੀ ਹੈ ਨਾ, ਇਕੱਲੇ ਇਹਨਾਂ ਦੀ ਆਈ ਥਿੰਕ, ਇੰਨੀ ਜ਼ਿਆਦਾ ਟਿਕਟ ਨਹੀਂ ਹੈਗੀ ਇਹਨੇ, ਮੈਨੂੰ ਵੈਸੇ ਅਡਲਟ ਪ੍ਰਾਈਜ਼ 15 ਲਿਖਿਆ ਹੋਇਆ 15 ਦੀ ਹੋਣੀ। ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਵਾਲਾ ਵੈਸੇ ਗਾਰਡਨ ਹੈਗਾ, ਇਹ ਗਾਰਡਨ ਆਈ ਥਿੰਕ ਜਿਹੜੇ ਇਹਨਾਂ ਦੇ ਸ਼ੋਅ ਵਗੈਰਾ ਸ਼ਹੀਦ ਹੋਏ ਸੀ ਉਹਨਾਂ ਨੂੰ ਲਾਈਕ ਸ਼ਰਧਾਂਜਲੀ ਲਈ ਹੈ ਇਹ ਵਾਲਾ, ਤੇ ਇਹਦੇ ਜਿਹੜੇ ਪਿੱਛੇ ਹੈਗੇ ਉਹ ਕੌਂਸਲ ਦਾ ਹੈਡ ਆਫਿਸ ਹੈ, ਝੰਡਾ ਲੱਗਿਆ ਇਹਨਾਂ ਦਾ, ਜਿਹੜਾ ਝੰਡਾ ਲੱਗਿਆ ਉਹ ਕੌਂਸਲ ਦਾ ਹੈਡ ਆਫਿਸ ਹੈਗਾ, ਉਹ 'ਚ ਜਦੋਂ ਜਿਵੇਂ ਜਿਹੜੇ ਸੈਰੇਮਨੀਜ਼ ਵਗੈਰਾ ਰਜਿਸਟਰ ਹੁੰਦੀਆਂ ਨੇ ਉਹ ਕਰਦੇ ਆ ਉੱਥੇ, ਜਿਵੇਂ ਜੋ ਮੈਰਿਜ ਵਗੈਰਾ ਹੁੰਦੀ ਹੈ, ਜਿਵੇਂ ਸਾਡੀ ਜਦੋਂ ਮੈਰਿਜ ਹੋਈ ਸੀ ਉਹ ਵੀ ਇੱਥੇ ਰਜਿਸਟਰ ਹੋਈ ਸੀ, ਅਤੇ ਜਦੋਂ ਮੈਨੂੰ ਜਦੋਂ ਸਿਟੀਜ਼ਨਸ਼ਿਪ ਮਿਲੀ ਹੈਗੀ, ਬ੍ਰਿਟਿਸ਼ ਸਿਟੀਜ਼ਨਸ਼ਿਪ ਮਿਲੀ ਆ, ਉਹ ਵੀ ਇੱਥੇ ਮਿਲੀ ਸੀ ਮੈਨੂੰ, ਝੰਡੇ ਦਾ ਫਰਕ ਲੱਗਦਾ ਰਿਪਨ ਇੰਗਲੈਂਡ ਦਾ ਹੈਗਾ, ਕੱਲੇ ਇੰਗਲੈਂਡ ਦਾ ਮੇ ਬੀ, ਆਈ ਐਮ ਨੋਟ ਸ਼ੋਰ, ਯੂਕੇ ਦਾ ਬਲੂ ਰੈੱਡ ਜਿਹਾ ਹੈ ਨਾ। ਸਾਹਮਣੇ ਲੱਗਿਆ ਹੋਇਆ ਦੀ ਕਿੰਗਸ ਲਿਵਰਪੂਲ ਰੈਜੀਮੈਂਟ, ਜਿਵੇਂ ਆਪਣੀ ਸਿੱਖ ਰੇਜਮੈਂਟ ਸੀ ਨਾ ਜਿਹੜੀ, ਉਹ ਵਰਲਡ ਵਾਰ ਲੜੀ ਸੀ ਆ ਕੇ, ਅਤੇ ਇਹ ਵਰਲਡ ਵਾਰ ਦੀ ਯਾਦ 'ਚ ਹੀ ਲੱਗੇ ਹੋਣਗੇ, ਅਤੇ ਜਿਹੜੇ ਫੌਜੀ ਉਦੋਂ ਸ਼ਹੀਦ ਹੋਏ ਹੋਣਗੇ। ਵੈਸੇ ਨਾ ਤੁਹਾਨੂੰ ਥਾਂ ਥਾਂ 'ਤੇ ਮਿਲ ਜਾਣਗੇ ਇੰਗਲੈਂਡ 'ਚ, ਇੰਗਲੈਂਡ 'ਚ ਛੱਡੋ ਪੂਰੇ ਯੂਰਪ 'ਚ ਨਾ ਤੁਹਾਨੂੰ ਥਾਂ ਥਾਂ ਇਹੋ ਜਿਹੀਆਂ ਚੀਜ਼ਾਂ ਮਿਲ ਜਾਣਗੀਆਂ, ਜਿਹੜੇ ਬੰਦੇ ਮਤਲਬ
ਫਸਟ ਵਰਲਡ ਵਾਰ ਜਾਂ ਸੈਕਿੰਡ ਵਰਲਡ ਵਾਰ 'ਚ ਜਿਹੜੇ ਸ਼ਹੀਦ ਹੋਏ ਆ। ਕਾਫੀ ਵੱਡਾ ਪਾਰਕ ਬਣਿਆ ਹੋਇਆ ਗਾ ਇਹ। ਆਹ ਸੰਦੀਪ ਕਾਹਦੇ ਲੱਗੇ ਹੋਏ ਆ ਸਟੈਚੂ, ਇਹ ਕੁਛ ਹੋਰ ਲੱਗਿਆ ਹੋਇਆ ਹੈ ਨਾ ਕੀ? ਆਹਾ ਹਾਂ, ਇਹ ਜੋ ਲਿਖਿਆ ਹੋਇਆ ਕ੍ਰਿਸਚੀਅਨ ਦੇ ਨਾਲ ਰਿਲੇਟਡ ਹੈ ਤਾਂ ਇਹ ਵੀ ਕੁਛ ਇਹਨਾਂ ਦਾ ਹੀ ਹੈਗਾ। ਤੈਨੂੰ ਮੈਂ ਪਹਿਲਾਂ ਦੱਸਿਆ ਵੀ ਮੇਰੀ ਥੋੜ੍ਹੀ ਹਿਸਟਰੀ 'ਚ ਮੈਂ ਥੋੜ੍ਹੀ ਬਹੁਤ ਵੀਕ ਹਾਂਗੀ। ਹਿਸਟਰੀ 'ਚ ਮੇਰੀ ਭੈਣ ਵੀਕ ਹੈ, ਮੈਥ 'ਚ ਮੈਂ ਵੀਕ ਹਾਂ। ਖੁਸ਼ੀ ਨਾ ਤਾਂ ਮੈਨੂੰ ਕਹਿੰਦੇ ਆ ਵੀ ਤੁਸੀਂ ਮੈਥ 'ਚ ਵੀਕ ਹੋ ਕਿਉਂਕਿ ਪੈਸੇ ਦਾ ਸਾਰਾ ਹਿਸਾਬ ਕਿਤਾਬ ਮੈਂ ਰੱਖਣਾ ਹੁੰਦਾ, ਪੰਜੀ ਪੰਜੀ ਦਾ ਹਿਸਾਬ ਕਰ ਲਈਦਾ ਹੈ। ਖੁਸ਼ੀ ਜਸਟ ਆਪਣੇ ਖਾਤਿਆਂ 'ਚ ਆਉਂਦੇ ਆ ਜਾ। ਅਤੇ ਬਾਕੀ ਤੁਹਾਨੂੰ ਦੱਸਣਾ ਸੀ ਨਾ, ਇੱਕ ਜਿਹੜਾ ਉੱਪਰ ਇੰਗਲੈਂਡ ਦਾ ਤੁਸੀਂ ਦੇਖਿਆ ਸੀ, ਇੰਗਲੈਂਡ ਦਾ ਜਿਹੜਾ ਝੰਡਾ ਉਹ ਹੋਰ ਹੈ। ਯੂਕੇ ਦਾ ਵੈਸੇ ਤੁਸੀਂ ਜ਼ਿਆਦਾ ਯੂਕੇ ਦਾ ਫਲੈਗ ਦੇਖਦੇ ਹੋਵੋਗੇ, ਜਿਹੜਾ ਬਲੂ ਅਤੇ ਰੈੱਡ ਜਾਂ ਵਿੱਚ ਐਂ ਕ੍ਰੋਸ ਜੇ ਜਿਸ ਤਰ੍ਹਾਂ ਦਾ ਫਿਲਾ ਦਾ ਨਿਸ਼ਾਨ ਹੈ ਨਾ, ਇਸ ਤਰ੍ਹਾਂ ਦੇ ਬਣੇ ਹੁੰਦੇ ਆ ਜ਼ਿਆਦਾ ਯੂਕੇ ਦੇ ਫਲੈਗ ਹੈ ਜਿਹੜੇ। ਅਤੇ ਬਾਕੀ ਹਾਂਜੀ ਇੰਗਲੈਂਡ ਦਾ ਜਿਹੜਾ ਫਲੈਗ ਆ ਉਹ ਸਵਿਟਜ਼ਰਲੈਂਡ ਨਾਲ ਦਾ ਹੀ ਹੈ, ਜਿਵੇਂ ਸਵਿਟਜ਼ਰਲੈਂਡ ਦਾ ਫਲੈਗ ਹੈ ਨਾ ਵਾਈਟ ਦੇ ਵਿੱਚ ਜਸਟ ਐਂ ਕ੍ਰੋਸ ਮਾਰਿਆ ਹੈਗਾ। ਅਤੇ ਜਿਵੇਂ ਇੱਕ ਦਿਨ ਹਾਂਜੀ ਇੱਥੇ ਲੰਬਾ ਫੁੱਲੀ ਹੈ, ਅਤੇ ਇੱਕ ਦਿਨ ਪਹਿਲਾਂ ਵੀ ਦੱਸਿਆ ਸੀਗਾ ਵੀ ਜਿਹੜਾ ਯੂਕੇ ਹੈ ਨਾ ਇਹ 'ਚ ਚਾਰ ਕੰਟਰੀ ਪੈਂਦੇ ਆ ਅਲੱਗ ਅਲੱਗ, ਠੀਕ ਹੈ। ਉਹਨਾਂ ਨੂੰ ਰੀਪ੍ਰਜੈਂਟ, ਚਾਰਾਂ ਕੰਟਰੀਜ਼ ਨੂੰ ਰੀਪ੍ਰਜੈਂਟ ਹੈ ਜਿਹੜਾ ਉਹ ਯੂਨਾਈਟਿਡ ਕਿੰਗਡਮ ਕਰਦਾ ਹੈਗਾ, ਯੂਕੇ ਕਰਦਾ ਹੈਗਾ। ਅਤੇ ਇਹਦੇ ਵਿੱਚ ਤਾਹੀਓ ਜਿਵੇਂ ਜਿਹੜੀ ਟੀਮ ਹੈ ਕ੍ਰਿਕਟ ਟੀਮ ਤੁਸੀਂ ਦੇਖਿਓ ਨਾ ਉਹ ਇੰਗਲੈਂਡ ਦੀ ਆ, ਉਹ ਇਕੱਲੇ ਦੇਸ਼ ਦੀ ਹੈ ਇਹਦੀ। ਸਕਾਟਲੈਂਡ ਦੀ ਵੀ ਟੀਮ ਪਹਿਲਾਂ ਕ੍ਰਿਕਟ ਦੀ ਖੇਡਦੀ ਹੁੰਦੀ ਸੀ, ਉਹ ਹੁਣ ਮੇ ਬੀ ਹਟ ਗਏ ਹੈ ਨਾ। ਅਤੇ ਦੇਸ਼ ਇਹ ਅਲੱਗ ਅਲੱਗ ਨੇ ਆਪਦਾ, ਅਲੱਗ ਅਲੱਗ ਸਰਕਲ ਇਹਨਾਂ ਦਾ ਚੱਲਦਾ, ਪਰ ਜਦੋਂ ਬਾਹਰ ਕਿਤੇ ਇਹ ਰੀਪ੍ਰਜੈਂਟ ਕਰਦੇ ਆ ਤਾਂ ਚਾਰ ਕੰਟਰੀਆਂ ਨੂੰ ਯੂਕੇ ਰੀਪ੍ਰਜੈਂਟ ਕਰਦਾ ਹੈਗਾ। ਇਸ ਤਰ੍ਹਾਂ ਕਰਕੇ ਹੁਣ ਅਸੀਂ ਇਸ ਵਕਤ ਇੰਗਲੈਂਡ ਹੀ ਘੁੰਮ ਰਹੇ ਹਾਂ, ਗੱਲਾਂ ਇਹ ਵੀ ਲਿਵਰਪੂਲ ਹੈ ਜਿਹੜਾ ਇੰਗਲੈਂਡ ਦਾ ਸ਼ਹਿਰ ਹੈ। ਅਗਲੀ ਵਾਰ ਅਸੀਂ ਆਇਰਲੈਂਡ ਹੈ, ਇਹਦੇ ਵਿੱਚ ਨੌਰਥ ਆਇਰਲੈਂਡ ਪੈਂਦਾ, ਆਇਰਲੈਂਡ ਵੀ ਘੁੰਮਣਾ, ਸਕਾਟਲੈਂਡ ਵੀ ਘੁੰਮਣਾ, ਉਹ ਜਦੋਂ ਅਸੀਂ ਫੇਰ ਆਵਾਂਗੇ ਉਦੋਂ ਤੁਹਾਨੂੰ ਘੁੰਮਾਵਾਂ ਫਿਰਾਵਾਂਗੇ। ਜਿਹੜਾ ਨਾ ਇਹ ਸ਼ਹਿਰ ਹੈ ਇਹ 'ਚ ਸਾਰਾ ਕੁਛ ਮਿਕਸ ਜਿਹਾ ਦੇਖਣ ਨੂੰ ਮਿਲਦਾ ਹੈਗਾ, ਨਾਲੇ ਤਾਂ ਹਿਸਟਰੀ ਸਾਂਭੀ ਬੈਠਾ ਹੈ ਪੁਰਾਣੀ, ਉਹ ਵੀ ਇਹ 'ਚ ਇਮਾਰਤਾਂ ਹੈਗੀਆਂ। ਨਵੀਆਂ ਇਮਾਰਤਾਂ ਦੇਖੋ ਆਹ ਨਵੀਆਂ ਕਿੰਨੀਆਂ ਬਣੀਆਂ ਹੋਈਆਂ, ਅਤੇ ਇੱਧਰਲੇ ਪਾਸੇ ਜਿੰਨੀਆਂ ਤੁਹਾਨੂੰ ਇੱਧਰ ਦਿਖਾਈਆਂ ਸੀ ਨਾ ਆਹ ਪਿਛਲੇ ਪਾਸੇ ਦੇਖ ਲਓ ਪੁਰਾਣੀਆਂ ਇਮਾਰਤਾਂ, ਆਹ ਪਤਾ ਨਹੀਂ ਕਿੰਨਾ ਕਿੰਨਾ ਟਾਈਮ ਪੁਰਾਣੀਆਂ ਹੋਣਗੀਆਂ ਸਾਰੀਆਂ। ਸ਼ਹਿਰ ਸੰਦੀਪ ਤੁਹਾਡਾ ਵੈਸੇ ਖਾਲੀ ਖਾਲੀ ਜਿਹਾ ਪਿਆ, ਟੂਰਿਸਟ ਘੱਟ ਲੱਗਦੇ ਮੈਨੂੰ, ਸ਼ਾਮ ਨੂੰ ਜ਼ਿਆਦਾ ਹੁੰਦੇ ਆ। ਮੈਨੂੰ ਐਂ ਲੱਗਦਾ ਜਿੱਦਾਂ ਕਿ ਅਸੀਂ ਉਹ ਘੁੰਮਣ ਆਏ ਹਾਂ, ਸਿਰਫ ਕੋਈ ਹੋਰ ਹੈ ਨਹੀਂ ਗਾ। ਸ਼ਾਮ ਨੂੰ ਬਿਜ਼ੀ ਹੁੰਦਾ ਹੈ, ਹਾਂਜੀ ਇਹ ਤਾਂ ਹੈ। ਬਾਕੀ ਜਿੰਨੇ ਆ ਫਿਰਦੇ ਦੇਖਦੇ ਘੁੰਮਣ ਫਿਰਨ ਵਾਲੇ ਤਾਂ ਲੱਗਦੇ ਨੇ, ਇਹ ਸਾਰੇ ਦਾ ਕੰਮਾਂ ਕਾਰਾਂ ਵਾਲੇ ਆ, ਆਪੋ ਆਪਣੇ ਕੰਮਾਂ ਕਾਰਾਂ। ਕੁਛ ਕੁਛ ਟੂਰਿਸਟ ਲੱਗਦੇ ਆ ਥਾਂ ਥਾਂ ਤੇ ਨਾ, ਸ਼ਹਿਰ 'ਚ ਗਾਣੇ ਚੱਲਦੇ ਮਿਲਦੇ ਇਹਨਾਂ 'ਚ। ਇੱਕ ਦਿਨ ਮੈਂ ਪਹਿਲਾਂ ਵੀ ਬੋਲਿਆ ਸੀ, ਮੰਗਣ ਦਾ ਕਲਚਰ ਨਹੀਂ ਹੁੰਦਾ, ਪੈਸੇ ਨਹੀਂ ਮੰਗਦੇ ਇਹ ਆਪਦੀ ਪਰਫਾਰਮੈਂਸ ਦਿਖਾਉਂਦੇ ਆ, ਬਸ ਅਸੀਂ ਪੈਸੇ ਦੇ ਦਿੰਦੇ ਆ ਲੋਕ ਇਹਨਾਂ ਨੂੰ ਤੁਰਦੇ ਫਿਰਦੇ। ਹਾਂਜੀ ਬਸ ਇਹ ਤਰੀਕਾ ਅਲੱਗ ਹੈ, ਕੰਮ ਸੇਮ ਹੀ ਆ। ਇਹ ਕੁੜੀਆਂ ਹੁਣ ਹੋ ਗਈਆਂ ਜੀ ਸ਼ੋਪਿੰਗ 'ਤੇ, ਕਹਿੰਦੇ ਘੁੰਮ ਫਿਰ ਬਹੁਤ ਲਿਆ ਹੁਣ ਸ਼ੋਪਿੰਗ ਕਰਨੀ ਹੈ, ਅਤੇ ਹੁਣ ਤਾਂ ਮੈਨੂੰ ਲੱਗਦਾ ਫਿਰ ਵਲੌਗ ਦੀ ਸਮਾਪਤੀ ਉਹ ਕਰਨੀ ਪੈਣੀ ਹੈ, ਕਿਉਂਕਿ ਸ਼ੋਪਿੰਗ 'ਚੋਂ ਕੱਢਣਾ ਇਹਨਾਂ ਨੂੰ ਬਹੁਤ ਔਖਾ।
ਚੱਲ ਪਿਆ ਕੰਮ, ਚੱਲ ਪਿਆ, ਦੇਖ ਲਓ ਲੱਗ ਗਈਆਂ ਸ਼ੋਪਿੰਗਾਂ ਹੁਣ, ਇੱਕ ਲਾ ਲਿਆ ਇੱਕ ਪਾ ਲਿਆ, ਹੁਣ ਨਹੀਂ ਖੈਰ ਬਸ ਵਲੌਗ ਦੀ, ਹੁਣ ਤੁਹਾਨੂੰ ਕੁਛ ਨਹੀਂ ਘੁਮਾ ਫਿਰਾ ਸਕਦੇ। ਦੇਖ ਦੇਖ ਕਿਵੇਂ ਮੋਢਿਆਂ ਦੇ ਲਿਫਾਫੇ ਟੰਗੇ ਆ, ਹੈਂ ਉਹ ਡਕੈਥ ਡਕੈਥਲਨ ਦੇ ਨਾ ਚੱਲੀਏ, ਸੰਦੀਪ ਡਕੈਥਲਨ ਦੇ ਚੱਲ ਗਏ ਹੀ ਥੋੜ੍ਹਾ ਜਿਹਾ। ਅੱਛਾ ਮੈਂ ਤਾਂ ਕਹਿੰਦਾ ਗੇੜਾ ਦੇ ਲੈਂਦੇ ਹਾਂ, ਚਲੋ ਕੋਈ ਹੋਰ ਸਟੋਰ 'ਚ ਦੇਖ ਲਓ ਫਿਰ। ਇੰਡੀਆ 'ਚ ਤਾਂ ਵਧੀਆ ਟਰੈਵਲਿੰਗ ਵਾਲਾ ਸਮਾਨ ਮਿਲਦਾ ਇਹਨਾਂ ਦੇ, ਕਲਾਰਕਸ ਦਾ ਨਾ ਇਹ ਸਾਰਾ ਸ਼ੋਪਿੰਗ ਵਾਲਾ ਏਰੀਆ ਜੀ, ਜਿੱਥੇ ਹੁਣ ਲੰਘੇ ਜਾਂਦੇ ਆ ਸਾਰਾ ਮਾਰਕਸ ਐਂਡ ਸਪੈਂਸਰ ਆ ਗਿਆ, MS ਹੈ ਇਹ, ਪਹਿਲਾਂ ਇੰਡੀਆ ਹੀ ਦੇਖਦੇ ਹੁੰਦੇ ਸੀ ਜਦੋਂ ਡੈਡੀ ਹੋਣੀ ਕੁਛ ਨਾ ਕੁਛ ਲੈ ਕੇ ਆਉਂਦੇ ਹੁੰਦੇ ਸੀ ਇੱਥੋਂ, ਵਾਪਸ ਲੈ ਕੇ ਜਾਂਦੇ ਹੁੰਦੇ ਸੀ। ਸੋ ਇਹ ਸੀ ਜੀ ਆਪਣਾ ਅੱਜ ਦਾ ਵਲੌਗ, ਜਿਹਦੇ 'ਚ ਤੁਹਾਨੂੰ ਘੁਮਾਉਣਾ ਸੀ ਲਿਵਰਪੂਲ ਦਾ ਸੋਹਣਾ ਜਿਹਾ ਇਲਾਕਾ ਅਤੇ ਸੋਹਣਾ ਜਿਹਾ ਸ਼ਹਿਰ ਇਹ, ਅਤੇ ਹੁਣ ਅਸੀਂ ਸ਼ੋਪਿੰਗ ਕਰਨੀ ਹੈ ਅਤੇ ਅੱਗੇ ਆਪਾਂ ਇਹ ਵਲੌਗ ਕੰਟੀਨਿਊ ਨਹੀਂ ਕਰਾਂਗੇ। ਮੈਂ ਤਾਂ ਬਥੇਰਾ ਟਾਲਿਆ ਸੀ ਵੀ ਟਲ ਜਾਣ ਕੁੜੀਆਂ ਟਲ ਜਾਣ, ਪਰ ਇੱਕ ਸਟੋਰ ਦੇ ਹੁਣ ਜਾਂਦੀਆਂ ਇੱਕ ਸਟੋਰ ਤੋਂ ਬਾਹਰ ਆਉਂਦੀਆਂ, ਅਤੇ ਜੁੜੇ ਰਹੋ ਤੁਸੀਂ ਆਪਣੇ ਇੰਗਲੈਂਡ ਦੇ ਸਫ਼ਰ ਨਾਲ, ਘੁਮਾਉਂਦੇ ਰਹਾਂਗੇ ਤੁਹਾਨੂੰ ਸੋਹਣੀਆਂ ਸੋਹਣੀਆਂ ਥਾਵਾਂ, ਅਤੇ ਮਿਲਦੇ ਹਾਂ ਆਪਾਂ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ। ਗੁੱਡ ਬਾਏ, ਸਤਿ ਸ਼੍ਰੀ ਅਕਾਲ, ਰੱਬ ਰਾਖਾ।